Hello and welcome to Decode Punjab, a special feature of the Tribune newspaper. Today we have with us Mr. Charanjit Singh Channi, former Chief Minister and Member Parliament from Jalandhar. ਤੁਹਾਡਾ ਸਰ ਸਾਡੇ ਸ਼ੋਅ ਵਿੱਚ ਸਵਾਗਤ ਹੈ। ਬਹੁਤ ਧੰਨਵਾਦ, ਥੈਂਕ ਯੂ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈ। ਮਿਹਰਬਾਨੀ, ਤੁਹਾਨੂੰ ਵੀ ਵਧਾਈ ਹੋਵੇ। 2022 ਦੀ ਇਲੈਕਸ਼ਨ ਦੀ ਨਮੋਸ਼ੀ ਤੋਂ ਬਾਅਦ ਇੰਨੀ ਵੱਡੀ ਜਿੱਤ, ਕੀ ਤੁਸੀਂ ਇਸ ਨੂੰ ਐਕਸਪੈਕਟ ਕੀਤਾ ਸੀ? ਇੱਦਾਂ ਕਿ 2022 ਦੇ ਵਿੱਚ ਪਹਿਲਾਂ ਤੋਂ ਲੋਕਾਂ ਦਾ ਮਨ ਬਣਿਆ ਹੋਇਆ ਸੀ ਅਤੇ ਮੈਨੂੰ ਜਦੋਂ ਮੌਕਾ ਮਿਲਿਆ ਉਦੋਂ ਤੱਕ ਲੋਕ ਤਿਆਰ ਹੋਏ ਹੋਏ ਸੀ ਇੱਕ ਬਦਲਾਅ ਵਾਸਤੇ। ਲੋਕਾਂ ਨੂੰ ਲੱਗਦਾ ਸੀ ਕਿ ਇੱਕ ਬਹੁਤ ਬੜਾ ਬਦਲਾਅ ਆ ਰਿਹਾ, ਇੱਕ ਇਨਕਲਾਬ ਆ ਰਿਹਾ, ਅਤੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਪਿੱਚ ਤਿਆਰ ਕਰਤੀ, ਲੋਕਾਂ ਨੂੰ ਇੱਕ ਵਹਿਮ ਦਿਖਾਤਾ, ਇੱਕ ਭੁਲੇਖੇ ਵਿੱਚ ਪਾਤਾ ਕਿ ਜੀ ਅਸੀਂ ਤਾਂ ਬੜੇ ਭਾਰੀ ਇਨਕਲਾਬੀ ਹੈ, ਤਾਂ ਲੋਕ ਕਹਿ ਰਹੇ ਸੀ ਕਿ ਜੀ ਅਸੀਂ ਅਕਾਲੀ ਵੀ ਦੇਖ ਲਏ ਸੀ, ਕਾਂਗਰਸੀ ਵੀ ਦੇਖ ਲਏ ਸੀ, ਹੁਣ ਇਹਨਾਂ ਨੂੰ ਦੇਖਣਾ, ਇਹਦਾ ਬਦਲ ਕੋਈ ਨਹੀਂ ਸੀ ਗੱਲ ਦਾ। ਤਾਂ ਉਹਦੇ ਕਰਕੇ ਲੋਕ ਬਦਲਾਅ ਵਿੱਚ ਆਏ, ਲੇਕਿਨ ਲੋਕਾਂ ਨੂੰ ਪਤਾ ਨਹੀਂ ਸੀ ਕਿ ਇਹ ਬਦਲਾਅ ਇਸ ਤਰ੍ਹਾਂ ਦਾ ਬਦਲਾਅ ਹੋਏਗਾ ਕਿ ਸਾਡੇ ਨੂੰ ਬੜੀ ਨਮੋਸ਼ੀ ਝੱਲਣੀ ਪਏਗੀ ਅਤੇ ਪੰਜਾਬ ਨਿਗਰਦਾ ਜਾਏਗਾ, ਅਤੇ ਜਿਹੜੇ ਮੁੱਦਿਆਂ ਨੂੰ ਲੈ ਕੇ ਉਹ ਆਏ ਸੀ ਉਹਨਾਂ ਦਾ ਉਹਨਾਂ ਪਾਸ ਕੋਈ ਹੱਲ ਨਹੀਂ ਹੋਏਗਾ। ਸੋ ਉਸ ਤੋਂ ਲੋਕ ਪਿੱਛੇ ਮੁੜੇ ਹੈ, ਅਤੇ ਜਿਹੜਾ ਮੇਰਾ 111 ਦਿਨਾਂ ਦਾ ਐਜ਼ CM ਟਨਿਓਰ ਰਿਹਾ ਉਹਨੂੰ ਲੋਕਾਂ ਨੇ ਦੁਬਾਰੇ ਤੋਂ ਐਪਰੀਸ਼ੀਏਟ ਕੀਤਾ, ਉਹਨੂੰ ਫਿਰ ਲੋਕਾਂ ਨੇ ਚੱਕਿਆ ਕਿ ਜੀ ਤੁਸੀਂ ਬਹੁਤ ਅੱਛੇ ਕੰਮ ਕੀਤੇ ਅਤੇ ਮੇਰੇ ਉਸ ਟਾਈਮ ਦੇ ਕੰਮਾਂ ਨੂੰ ਯਾਦ ਕਰਕੇ ਲੋਕਾਂ ਨੇ ਮੈਨੂੰ ਦੁਬਾਰੇ ਜਿਤਾਇਆ ਅਤੇ ਵੱਡੇ ਭਾਰੀ ਮਾਰਜਨ ਨਾਲ ਜਿਤਾਇਆ, ਅਤੇ ਮੈਂ ਪੰਜਾਬ ਦੇ ਖਾਸ ਤੌਰ 'ਤੇ ਜਲੰਧਰ ਏਰੀਏ ਦੇ ਲੋਕਾਂ ਦਾ ਬਹੁਤ ਧੰਨਵਾਦੀ ਹੈ। ਚੰਨੀ ਜੀ, ਇਹ ਜਿਹੜਾ ਬੇਸਿਕਲੀ ਉਸ ਵੇਲੇ ਅਸੀਂ ਜਦੋਂ ਇੰਟਰੋਸਪੈਕਸ਼ਨ ਕਰਦੇ ਹਾਂ 2022 'ਚ ਜਦੋਂ ਅਸੀਂ ਤੁਹਾਨੂੰ ਕਵਰ ਕਰਦੇ ਸੀਗੇ, ਤੁਸੀਂ 111 ਦਿਨ ਦੀ ਗੱਲ ਕੀਤੀ ਹੈ, ਅਤੇ ਉਸ ਵੇਲੇ ਕੀ ਗਲਤੀਆਂ ਰਹੀਆਂ ਜਿਹੜੀਆਂ ਤੁਸੀਂ ਇੰਟਰੋਸਪੈਕਸ਼ਨ 'ਚ ਦੇਖੀਆਂ ਹੋਣੀਆਂ, ਵੀ ਅਸੀਂ ਕੀ ਗਲਤੀ ਨਹੀਂ ਜਿਹਦੇ ਕਰਕੇ ਤੁਹਾਡਾ ਉਦੋਂ ਨਮੋਸ਼ੀ ਦਾ ਤੁਹਾਨੂੰ ਫੇਸ ਕਰਨਾ ਪਿਆ? ਸਾਡੇ ਵੱਲੋਂ ਗਲਤੀਆਂ ਨਹੀਂ ਰਹੀਆਂ। ਪਹਿਲਾਂ 4.5 ਦਾ ਸਾਲ ਦਾ ਜਿਹੜਾ ਟਨਿਓਰ ਸੀ ਉਹਦੀ ਐਂਟੀ ਇਨਕੰਬੈਂਸੀ ਸੀ, ਅਤੇ ਲੋਕਾਂ ਨੂੰ ਇੱਕ ਨਵਾਂ ਦੇਖਣ ਦੀ ਇੱਛਾ ਜਾਗ ਗਈ ਸੀ। ਬਦਲਾਅ ਦਾ ਜਿਹੜਾ ਨਾਰਾ ਸੀ ਉਹਦਾ ਕੋਈ ਤੋੜ ਨਹੀਂ ਮਿਲਿਆ, ਅਤੇ ਜਿਹੜਾ ਲੋਕਾਂ ਨੂੰ ਇਹ ਸੀ ਕਿ ਜੀ ਅਕਾਲੀ ਵੀ ਦੇਖ ਰਹੇ, ਕਾਂਗਰਸੀ ਵੀ ਦੇਖ ਲਏ ਸੀ, ਹੁਣ ਇਹਨਾਂ ਨੂੰ ਦੇਖਣਾ, ਉਹਦਾ ਕੋਈ ਤੋੜ ਨਹੀਂ ਮਿਲਿਆ, ਅਤੇ ਲੋਕ ਇੱਕ ਵਹਾਅ ਦੇ ਵਿੱਚ ਬਹਿ ਗਏ, ਅਤੇ ਉਹ ਜਿਹੜਾ ਵਹਾਅ ਹੈ ਉਹ ਅੱਜ ਉਸ ਤੋਂ ਲੋਕ ਪਛਤਾ ਰਹੇ। ਜਿੱਦਾਂ ਇੱਕ ਗੱਲ ਸਾਹਮਣੇ ਆਈ ਸੀ ਕਿ ਜਦੋਂ ਜਾਖੜ ਸਾਹਿਬ ਦਾ ਰੋਲ ਸੀਗਾ ਜਾਂ ਸਿੱਧੂ ਸਾਹਿਬ ਦਾ ਰੋਲ ਸੀ, ਉਹਦੇ ਬਾਰੇ ਤੁਸੀਂ ਕਿ ਜਿਹੜੀ ਇਨਫਾਈਟਿੰਗ ਤੁਹਾਡੀ ਸੀਗੀ ਉਹ ਕਿਸ ਹੱਦ ਤੱਕ ਕੰਟਰੀਬਿਊਟ ਕੀਤਾ ਸੀ ਇਸ ਲੋਸ ਨੂੰ? ਦੇਖੋ, ਸੁਨੀਲ ਜਾਖੜ ਪਹਿਲਾਂ ਤੋਂ ਗਰਦਾਰੀ ਕਰ ਰਿਹਾ ਸੀ ਪਾਰਟੀ ਦੇ ਨਾਲ, ਇਹ ਇਲੈਕਸ਼ਨਾਂ ਤੋਂ ਪਹਿਲਾਂ ਅਮਿਤ ਸ਼ਾਹ ਨੂੰ ਮਿਲ ਚੁੱਕਿਆ ਸੀ। ਅੱਛਾ ਜੀ। ਉਹਦੇ ਨਾਲ ਜਿਹੜੀ ਉਹਨੇ ਸਟੇਟਮੈਂਟ ਦਿੱਤੀ ਸੀ ਕਿ ਜੀ ਮੈਨੂੰ ਹਿੰਦੂ ਕਰਕੇ CM ਨਹੀਂ ਬਣਾਇਆ ਜੀ, ਉਹ ਬੜੀ ਡੈਮੇਜਿੰਗ ਸਟੇਟਮੈਂਟ ਸੀ ਜਿਹਦੇ ਵਿੱਚ ਅਸਲੀਅਤ ਨਹੀਂ ਸੀ, ਇੱਕ ਝੂਠ ਬੋਲਿਆ ਗਿਆ ਸੀ। ਹੁਣ ਵੀ ਅੱਜ ਉਹਨੂੰ ਮੰਤਰੀ ਨੇ ਬਣਾਇਆ, ਹਾਰਿਆ ਹੋਇਆ ਉਹ ਵੀ ਹੈ, ਹਾਰਿਆ ਹੋਇਆ ਬਿੱਟੂ ਵੀ ਹੈ, ਅਤੇ ਰਵਨੀਤ ਸਿੰਘ ਬਿੱਟੂ ਨੂੰ ਮੰਤਰੀ ਬਣਾਤਾ। ਹੁਣ ਤਾਂ ਇਹਨੇ ਸਟੇਟਮੈਂਟ ਦਿੱਤੀ ਨਹੀਂ ਕਿ ਮੈਨੂੰ ਹਿੰਦੂ ਕਰਕੇ ਨਹੀਂ ਬਣਾਇਆ, ਮੈਨੂੰ ਮੈਂ ਸਿੱਖ ਨਹੀਂ ਹੈ ਮੈਨੂੰ ਇਸ ਕਰਕੇ ਮੰਤਰੀ ਨਹੀਂ ਬਣਾਇਆ, ਹੁਣ ਬਣ ਜਾਂਦਾ ਮੰਤਰੀ। ਹੁਣ ਵੀ ਸਟੇਟਮੈਂਟ ਦੇਵੇ ਨਾ ਕਿ ਮੈਨੂੰ ਕਿਉਂ ਨਹੀਂ ਬਣਾਇਆ ਗਿਆ, ਕਿਉਂਕਿ ਪ੍ਰੈਜੀਡੈਂਟ ਹੈ, ਇਹਨੂੰ ਦੂਸਰੀ ਪਾਰਟੀ 'ਚੋਂ ਇਹ ਪਹਿਲਾਂ ਆਇਆ ਐਜ਼ ਪ੍ਰੈਜੀਡੈਂਟ ਪਾਰਟ, ਇੱਧਰ ਰਹਿ ਕੇ ਇੱਧਰ ਬੜੇ ਅਹੁਦਿਆਂ 'ਤੇ ਰਹਿ ਕੇ ਕਾਂਗਰਸ 'ਚ, ਇਹ BJP 'ਚ ਗਿਆ ਜੀ, ਇਹਨੂੰ ਪਹਿਲਾਂ ਅਕੋਮੋਡੇਟ ਕਰਨਾ ਚਾਹੀਦਾ ਸੀ। ਅਤੇ ਸਿੱਧੂ ਸਾਹਿਬ ਦਾ ਕੀ ਰੋਲ ਦੇਖਦੇ ਹੋ ਤੁਸੀਂ, ਕੀ ਸੀਗਾ ਕੋਈ? ਸਿੱਧੂ ਸਾਹਿਬ ਦਾ ਆਪਣੇ ਤਰੀਕੇ ਦਾ ਰੋਲ ਰਿਹਾ, ਉਹਨਾਂ ਨੇ ਜਿਸ ਤਰੀਕੇ ਦਾ ਰੋਲ, ਸਾਰੀ ਦੁਨੀਆ ਨੂੰ ਪਤਾ ਹੀ ਹੈ, ਮੈਨੂੰ ਉਹਦੇ 'ਚ ਬਿਆਨ ਕਰਨ ਦੀ ਲੋੜ ਨਹੀਂ। ਚੰਨੀ ਸਾਹਿਬ, ਨਵਜੋਤ ਸਿੰਘ ਸਿੱਧੂ 'ਤੇ ਕਾਫੀ ਇਲਜ਼ਾਮ ਲੱਗਦੇ ਨੇ ਕਿ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਡਿਵਾਈਡ ਕਰ ਦਿੱਤਾ ਸੀ, ਹੁਣ ਉਹਨਾਂ ਦਾ ਕਾਂਗਰਸ ਪਾਰਟੀ ਦੇ ਵਿੱਚ ਕੀ ਫਿਊਚਰ ਦਿਖਦਾ ਤੁਹਾਨੂੰ?
ਮੈਂ ਤਾਂ ਇਸ ਬਾਰੇ ਕੁਛ ਟਿੱਪਣੀ ਨਹੀਂ ਕਰਨਾ ਚਾਹੁੰਦਾ। ਉਹ ਉਹਨਾਂ ਨੇ ਆਪਣਾ ਕੰਮ ਕਰਨਾ ਅਤੇ ਉਹ ਆਪਣਾ ਕਰਨ, ਲੇਕਿਨ ਇੱਕ ਗੱਲ ਹੈ ਕਿ ਰਿਸ਼ਤੇਦਾਰ ਜੇ ਵਿਆਹ 'ਚ ਨਾ ਆਵੇ, ਪੋਲੀਟੀਕਲ ਬੰਦਾ ਜੇ ਚੋਣਾਂ ਦੇ ਟਾਈਮ ਨਾ ਆਵੇ, ਫਿਰ ਉਹਦਾ ਫਾਇਦਾ ਕੀ ਹੈ? ਚੰਨੀ ਸਾਹਿਬ, ਅਸੀਂ ਆਪਣੇ ਵਿਊਅਰਸ ਨੂੰ ਦੱਸ ਦਈਏ ਕਿ ਉਹਨਾਂ ਨੇ PhD ਕੀਤੀ ਹੈ ਇੰਡੀਅਨ ਨੈਸ਼ਨਲ ਕਾਂਗਰਸ ਦੀ ਇਲੈਕਟੋਰਲ ਸਟ੍ਰੈਟਜੀ 2004 ਦੇ ਤੋਂ ਬਾਅਦ, ਅਤੇ ਜਿਹੜਾ ਇਹਨਾਂ ਨੇ ਹੁਣੇ ਜਵਾਬ ਦਿੱਤਾ ਹੈਗਾ, ਟੰਗ ਇਨ ਚੀਕ ਜਿਹੜਾ ਰਿਮਾਰਕ ਦਿੱਤਾ ਕਿ ਜਿਹੜਾ ਰਿਸ਼ਤੇਦਾਰ ਵਿਆਹ 'ਚ ਨਾ ਆਵੇ ਉਹਦਾ ਕੀ ਕਰਨਾ ਹੈਗਾ। ਸੋ ਚੰਨੀ ਸਾਹਿਬ, ਬਿਫੋਰ ਕੇ ਰਾਜਮੀਤ ਸਿੰਘ ਜੀ ਤੁਹਾਨੂੰ ਅਗਲਾ ਕੁਸ਼ਚਨ ਪੁੱਛਣ, ਤਾਂ ਇਸ ਵਕਤ ਕਾਂਗਰਸ ਦੇ ਵਿੱਚ ਸਟੇਟ ਦਾ ਲੀਡਰ ਕੌਣ ਹੈ? ਨਹੀਂ, ਸਟੇਟ ਦੇ ਲੀਡਰ ਸਾਰੇ ਲੀਡਰ ਹੁੰਦੇ ਆ, ਕੋਈ ਬਾਜਵਾ ਸਾਹਿਬ, ਰਾਜਾ ਵੜਿੰਗ। ਦੇਖੋ, ਰਾਜਾ ਵੜਿੰਗ ਇਸ ਟਾਈਮ ਪ੍ਰਧਾਨ ਹੈ, ਪ੍ਰਧਾਨ ਤਾਂ ਪ੍ਰਧਾਨ ਹੀ ਹੁੰਦਾ, ਉਹ ਲੀਡਰ ਹੀ ਹੈ। ਔਰ ਬਾਜਵਾ ਸਾਹਿਬ ਪਾਰਟੀ ਦੇ CLP ਲੀਡਰ ਹੈ, ਉਹ ਲੀਡਰ ਹੀ ਹੈ। ਅਤੇ ਮੈਂ ਸਾਬਕਾ ਮੁੱਖ ਮੰਤਰੀ ਹੈ, ਤਾਂ ਮੈਂ ਜਿਹੜਾ ਮੇਰੇ ਪਾਸ ਅਹੁਦਾ ਰਿਹਾ ਉਹ ਰਿਹਾ ਹੀ ਹੈ। ਸੋ ਇਸ ਤਰ੍ਹਾਂ ਦਾ ਕਿ ਕੌਣ ਹੈ ਲੀਡਰ, ਇਹ ਤਾਂ ਕੋਈ ਗੱਲ ਹੈ ਨਹੀਂ। ਜਦੋਂ ਪ੍ਰਧਾਨ ਹੈ ਪਾਰਟੀ ਦਾ, ਸਾਡੇ ਫਿਰ ਉੱਪਰ ਰਾਹੁਲ ਗਾਂਧੀ ਜੀ ਆਪਣੇ ਆਪ ਸਾਡੇ ਲੀਡਰ ਹੈ, ਅਤੇ ਖੜਗੇ ਸਾਹਿਬ ਪ੍ਰਧਾਨ ਹੈ, ਤਾਂ ਜਿਹੜੇ ਲੀਡਰਾਂ ਨੂੰ ਕਮਾਂਡ ਦਿੱਤੀ ਹੋਈ ਹੈ ਉਹ ਕਮਾਂਡ ਚਲਾ ਰਹੇ। ਚੰਨੀ ਸਾਹਿਬ, ਜਦੋਂ ਮੈਨੂੰ ਯਾਦ ਹੈ 2021 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰਿਆ, ਤੁਹਾਡਾ ਬੜਾ ਇੰਪੋਰਟੈਂਟ ਰੋਲ, ਹੋਰ ਬੜੇ ਸੀਨੀਅਰ ਲੀਡਰਾਂ ਦਾ ਰੋਲ ਸੀ ਵੀ ਕਿ ਸਾਨੂੰ ਲੀਡਰਸ਼ਿਪ ਚੇਂਜ ਕਰਨ ਦੀ ਲੋੜ ਹੈ, ਉਸ ਵੇਲੇ ਪਾਰਟੀ ਨੇ ਬੜਾ ਵਿਸ਼ੇਸ਼ਣ ਕਰਨ ਤੋਂ ਬਾਅਦ ਤੁਹਾਨੂੰ CM 3 ਮਹੀਨੇ ਦਾ ਬਣਾਇਆ। ਹੁਣ ਪਾਰਟੀ ਦਾ ਉਸ ਤੋਂ ਬਾਅਦ ਡਿਬੇਕਲ ਹੋਇਆ, ਜਿੱਦਾਂ ਮੇਰੇ ਕਲੀਗ ਨੇ ਗੱਲ ਦੱਸੀ, ਹੁਣ ਤੁਹਾਡੀ ਪਾਰਟੀ ਰਿਵਾਈਵਲ ਮੋਡ 'ਤੇ ਲੱਗਦੀ ਹੈ ਸਾਨੂੰ, ਜਿੱਦਾਂ ਬਹੁਤ ਅੱਛੀ ਪਰਫੋਰਮੈਂਸ ਆਈ ਹੈ ਤੁਹਾਡੀਆਂ 1,75,000 ਦੀ, ਜੇ ਮੇਰੇ ਫਿਗਰ ਠੀਕ ਹੈ ਤਾਂ 1,76,000 ਜੀ। ਅਤੇ ਹੁਣ ਤੁਸੀਂ ਐਕਸ CM ਹੋ, ਤੁਹਾਡਾ ਐਕਸਪੀਰੀਅੰਸ ਹੈ, ਮੈਂ ਉਹਨਾਂ ਦੇ ਕੁਸ਼ਚਨ, ਤੁਸੀਂ ਆਪਣਾ ਰੋਲ ਪੰਜਾਬ ਕਾਂਗਰਸ ਕਿਵੇਂ ਦਾ ਦੇਖਦੇ ਹੋ ਹੁਣ MP ਬਣਨ ਤੋਂ ਬਾਅਦ, ਕਿਉਂਕਿ ਇਲੈਕਸ਼ਨ ਆ ਰਹੇ 2027 ਦੇ? ਮੈਨੂੰ ਜਿਹੜਾ ਰੋਲ ਦਿੱਤਾ ਗਿਆ, ਮੈਂ ਇੱਕ ਓਪੋਜੀਸ਼ਨ ਦੇ ਵਿੱਚ ਹੈ ਪਾਰਲੀਮੈਂਟ ਦੇ ਵਿੱਚ, ਲੋਕਾਂ ਨੇ ਮੈਨੂੰ MP ਚੁਣ ਕੇ ਭੇਜਿਆ, ਅਤੇ ਮੈਂ ਪੰਜਾਬ ਨੂੰ ਰਿਪ੍ਰੈਜੈਂਟ ਕਰਨਾ, ਜਲੰਧਰ ਨੂੰ ਰਿਪ੍ਰੈਜੈਂਟ ਕਰਨਾ ਦਿੱਲੀ ਦੇ ਵਿੱਚ, ਉਹ ਮੈਂ ਆਪਣਾ ਬਾਖੂਬੀ ਨਿਭਾਊਂਗਾ। ਇੱਥੇ ਮੈਂ ਆਪਣੇ ਰੋਲ ਤੋਂ ਕਦੇ ਭੱਜਿਆ ਹੀ ਨਹੀਂ, ਮੈਂ ਇੱਕ ਸਾਬਕਾ ਮੁੱਖ ਮੰਤਰੀ ਹੈ, ਸਾਬਕਾ ਮੰਤਰੀ ਹੈ, ਓਪੋਜੀਸ਼ਨ ਪਾਰਟੀ ਦਾ ਇੱਕ ਵਰਕਰ ਹੈ ਜਾਂ ਲੀਡਰ ਹੈ, ਤਾਂ ਮੇਰਾ ਜਿਹੜਾ ਰੋਲ ਬਣਦਾ ਮੈਂ ਪਿਛਲੇ 2 ਸਾਲਾਂ ਦੇ ਵਿੱਚ ਪੂਰਾ ਨਿਭਾਇਆ। ਜਿੱਥੇ ਵੀ ਜ਼ਰੂਰਤ ਪਈ ਹੈ, ਜਿੱਥੇ ਵੀ ਊਣਤਾਈਆਂ ਮਿਲੀਆਂ, ਮੈਂ ਉੱਥੇ ਉਹਨਾਂ ਨੂੰ ਕੋਡ ਕੀਤਾ, ਮੈਂ ਉਹਨਾਂ 'ਤੇ ਕਮੈਂਟ ਕੀਤਾ, ਮੈਂ ਉਹਨਾਂ 'ਤੇ ਬੋਲਿਆ, ਮੈਂ ਲੋਕਾਂ ਨੂੰ ਰਿਪ੍ਰੈਜੈਂਟ ਕੀਤਾ। ਅਸੀਂ ਆਪਣਾ ਰੋਲ ਨਿਭਾ ਰਹੇ, ਇਸੇ ਕਰਕੇ ਅੱਜ ਆਮ ਆਦਮੀ ਪਾਰਟੀ ਬਿਲਕੁਲ ਡਾਊਨ ਚਲੇ ਗਈ ਹੈ, ਕਿਉਂਕਿ ਅਸੀਂ ਉਹਨਾਂ ਦੀਆਂ ਗਲਤੀਆਂ ਨੂੰ ਉਜਾਗਰ ਕੀਤਾ। ਗਲਤੀਆਂ ਹੀ ਕਰਦੇ ਸੀ ਉਹ, ਅਸੀਂ ਉਜਾਗਰ ਕਰਤੇ, ਚੰਗਾ ਕੰਮ ਉਹਨਾਂ ਨੇ ਕੋਈ ਕੀਤਾ ਨਹੀਂ, ਉਹ ਦੱਸਣ ਨੂੰ ਉਹਨਾਂ ਕੋਲ ਹੈ ਨਹੀਂ। ਮੈਂ ਕੁਸ਼ਚਨ ਰੀਫਰੇਮ ਕਰਦਾ, ਕੈਪਟਨ ਅਮਰਿੰਦਰ ਸਿੰਘ ਇੱਕ ਟੌਲ ਲੀਡਰ ਸੀ, ਤੁਸੀਂ ਮੰਨਦੇ ਹੋ ਵਧੀਆ ਲੀਡਰ ਸੀਗੇ? ਨਹੀਂ, ਕੈਪਟਨ ਅਮਰਿੰਦਰ ਸਿੰਘ ਦੇ ਨਾਲ ਅਸੀਂ ਰਹੇ ਹੈ ਤਾਂ ਵਧੀਆ ਲੀਡਰ ਤਾਂ ਹੈ ਹੀ ਸੀ, ਤਾਂ ਹੀ ਅਸੀਂ ਉਹਨੂੰ ਚੁਣਦੇ ਰਹੇ ਹਾਂ। ਹੁਣ ਕਿੱਦਾਂ ਫੀਲ ਕਰਦੇ ਉਹਨਾਂ ਨੂੰ ਉਤਾਰਨ ਤੋਂ ਬਾਅਦ, ਹੁਣ ਉਹਨਾਂ ਦਾ ਕੀ ਪੋਲੀਟੀਕਲ ਫਿਊਚਰ? ਹਰ ਬੰਦੇ ਦੀ, ਹਰ ਚੀਜ਼ ਦੀ ਇੱਕ ਉਮਰ ਹੁੰਦੀ ਹੈ, ਅਤੇ ਨਾਓ ਹੀ ਮਤਲਬ 80 ਸਾਲ ਤੋਂ ਵੱਧ ਗਏ ਹੈ, ਤਾਂ ਉਮਰ ਦੇ ਹਿਸਾਬ ਦੇ ਨਾਲ ਹੁਣ ਉਹ ਆਪਣੀ ਰੈਸਟ ਵਿੱਚ ਨਹੀਂ ਕਰ ਸਕਦੇ ਉਹ, ਇਸ ਕਰਕੇ ਅਸੀਂ ਉਹਨਾਂ ਨੂੰ ਹੁਣ ਕਾਹਦੇ ਵਾਸਤੇ? ਜਿਹੜਾ ਵੈਕਿਊਮ ਉਹਨਾਂ ਤੋਂ ਬਾਅਦ ਹੋਇਆ, ਅਸੀਂ ਫੀਲ ਕਰਦਾ, ਮੈਂ ਕਾਂਗਰਸ ਕਵਰ ਕਰਦਾ ਹਾਂ ਵੀ ਕੈਪਟਨ ਅਮਰਿੰਦਰ ਸਿੰਘ ਤੋਂ ਇੱਕ ਵੈਕਿਊਮ ਆ ਗਿਆ ਪਾਰਟੀ ਦੇ, ਉਹਦੇ ਵਿੱਚ ਉਸ ਰੋਲ ਦੇ ਵਿੱਚ ਫਿੱਟ ਹੋਣ ਲਈ ਹਾਲੇ ਵੀ ਤਲਾਸ਼ ਹੈ ਇੱਕ ਵੱਡੇ ਲੀਡਰ ਦੀ। ਤੁਸੀਂ ਕਿਹਾ ਪ੍ਰਧਾਨ ਹੈ, ਵੜਿੰਗ ਹੈ, ਬਾਜਵਾ ਹੈ, ਤੁਸੀਂ ਉਹ ਹੋਰ ਲੀਡਰ ਨੇ, ਉਸ ਰੋਲ ਦੇ ਵਿੱਚ ਤੁਸੀਂ ਪੰਜਾਬ ਕਾਂਗਰਸ ਕੀ ਚਾਹੁੰਦੇ ਹੋ, ਕੀ ਤੁਹਾਡੇ ਹਿਸਾਬ ਨਾਲ ਹੋਣਾ ਚਾਹੀਦਾ ਵੀ ਕਿਹੜਾ ਲੀਡਰ, ਵੱਡਾ ਲੀਡਰ ਫਿੱਟ ਹੋਵੇ ਜਿਹੜਾ ਪਾਰਟੀ ਨੂੰ ਲੀਡ ਕਰੇ 27 ਦੇ ਇਲੈਕਸ਼ਨ 'ਚ? ਸਾਨੂੰ ਲੱਗਦਾ ਹਾਲੇ ਵੀ ਵਰਡ ਹੈ। ਇੱਦਾਂ ਦੇਖੋ, ਇਹ ਜਿਹਨੂੰ ਮੌਕਾ ਮਿਲਦਾ, ਕਈ ਵਾਰ ਪਹਿਲਾਂ ਨਹੀਂ ਪਤਾ ਹੁੰਦਾ ਇਹਦੇ 'ਚ ਕਿੰਨੀ ਪੋਟੈਂਸ਼ੀਅਲ ਹੈ। ਜਦੋਂ ਮੈਂ ਮੁੱਖ ਮੰਤਰੀ ਬਣਿਆ ਤਾਂ ਇਹ ਪਹਿਲਾਂ ਕਹਿੰਦੇ ਸੀ ਇਹਨੇ ਕੀ ਕਰਨਾ,
ਜਦੋਂ ਮੈਂ ਕੰਮ ਕੀਤੇ ਯਾਰ, ਉਹ ਫਿਰ ਉਹ ਕਹਿੰਦੇ ਯਾਰ ਇਹਦਾ ਕਿਆ ਕਰੀਏ ਹੁਣ, ਫਿਰ ਮੇਰੇ ਖਿਲਾਫ਼ ਕਿੰਨੇ ਤਰ੍ਹਾਂ ਦੇ ਸ਼ਡਿਅੰਤਰ ਹੋਏ, ਸਾਰਾ ਕੁਛ ਹੋਇਆ। ਲੇਕਿਨ ਜਦੋਂ ਮੌਕਾ ਮਿਲਦਾ ਉਦੋਂ ਬੰਦਾ ਕਿਸ ਤਰ੍ਹਾਂ ਪਰਫੋਰਮ ਕਰਦਾ, ਇਹ ਮੈਟਰ ਕਰਦਾ। ਜਦੋਂ ਮੈਨੂੰ 111 ਦਿਨ ਦਾ ਮੌਕਾ ਮਿਲਿਆ, ਮੈਂ ਪਰਫੋਰਮ ਕੀਤਾ। ਅੱਜ ਰਾਜਾ ਬਡਿੰਗ ਆਪਣੇ ਤਰੀਕੇ ਨਾਲ ਪਰਫੋਰਮ ਕਰ ਰਿਹਾ, ਅਤੇ ਸਾਡੇ ਦੂਸਰੇ CLP ਲੀਡਰ ਆਪਣਾ ਪਰਫੋਰਮ ਕਰ ਰਹੇ, ਸੁੱਖੀ ਰੰਧਾਵਾ ਜੀ ਆਪਣਾ ਰੋਲ ਕਰ ਰਹੇ, ਹਰ ਕੋਈ ਆਪਣਾ ਆਪਣਾ ਰੋਲ ਕਰ ਰਿਹਾ। ਪਾਰਟੀ ਇੱਕ ਟੀਮ ਵਰਕ ਹੈ, ਇੱਕ ਟੀਮ ਦੇ ਅਨੁਸਾਰ ਨਾਲ ਚੱਲਣੀ ਹੈ। ਜੇ ਟੀਮ ਦੇ ਵਿੱਚ ਟੀਮ ਵਰਕ ਹੋ ਜਾਵੇ ਤਾਂ ਕੋਈ ਕਾਂਗਰਸ ਨੂੰ ਹਰਾ ਨਹੀਂ ਸਕਦਾ। ਪਿਛਲੀ ਵਾਰ ਟੀਮ ਵਰਕ ਨਹੀਂ ਰਿਹਾ, ਸਾਡੇ ਪ੍ਰਧਾਨ, ਸਾਡੇ ਮਤਲਬ ਜਾਖੜ ਦੀ ਤੁਸੀਂ ਗੱਲ ਕਰਦੇ ਹੋ, ਪ੍ਰਧਾਨ ਰਹੇ ਹੈ, ਉਹਨਾਂ ਨੇ ਜਿਸ ਤਰ੍ਹਾਂ ਦੀ ਇੱਥੇ ਕਾਂਜੀ ਘੋਲੀ ਹੈ, ਉਹਦੇ ਕਰਕੇ ਜੇ ਤੁਸੀਂ ਸਾਰੀ ਖਿਚੜੀ ਬਣਦੀ 'ਚ ਰੇਤਾ ਪਾਈ ਜਾਓਗੇ ਤਾਂ ਰੇਤਾ ਹੀ ਦਿਖਣਾ। ਗਲਤੀ ਤਾਂ ਦੁਬਾਰਾ ਵੀ ਦੁਹਰਾਈ ਜਾ ਸਕਦੀ ਹੈ ਜੇ ਕੋਈ ਲੀਡਰ ਫੇਸ ਹੀ ਨਾ ਹੋਇਆ ਪਾਰਟੀ ਦਾ, ਕਿਉਂ ਪਾਰਟੀ ਕਲੀਅਰ ਕਿਉਂ ਨਹੀਂ ਕਰਦੀ? ਫੇਸ ਉਦੋਂ ਵੀ ਸੀਗਾ, ਫੇਸ ਅੱਗੇ ਨੂੰ ਵੀ ਹੋਏਗਾ। ਲੇਕਿਨ ਜਿਹੜੇ ਲੋਕ ਮਹੱਤਵ ਆਕਾਂਕਸ਼ਾ ਰੱਖਦੇ ਹੈ, ਉਹ ਫਿਰ ਆਪਣੀ ਪਾਰਟੀ ਨੂੰ ਹੀ ਖਰਾਬ ਕਰਦੇ ਆ। ਉਹ ਚਾਹੇ ਅੱਜ ਸਾਡੇ ਵਿੱਚ ਹੈ, ਚਾਹੇ ਉਹ ਦੂਸਰਿਆਂ ਚਲੇ ਗਏ, ਉਹਨਾਂ ਨੇ ਹੁਣ ਉੱਧਰ ਵੀ ਜਾ ਕੇ ਖਰਾਬ ਕਰਨਾ। ਇਸ ਕਰਕੇ ਜਿਹਦੀ ਮਾੜੀ ਸੋਚ ਹੈ ਉਹਨੇ ਮਾੜੀ ਹੀ ਰੱਖਣੀ ਹੈ। ਲੇਕਿਨ ਸਾਨੂੰ ਸਾਰਾ ਕੁਛ ਮੁੱਖ ਮੰਤਰੀ ਮੰਨਣਾ ਹੀ ਨਹੀਂ ਹੁੰਦਾ, ਇੱਕ ਟੀਮ ਵਰਕ ਦੇ ਵਿੱਚ ਟੀਮ 'ਚ ਰਹਿ ਕੇ ਕੰਮ ਕਰਨਾ ਹੁੰਦਾ। ਸਾਨੂੰ ਟੀਮ ਦੇ ਵਿੱਚ ਕੰਮ ਕਰਕੇ ਪੰਜਾਬ ਬਾਰੇ ਸੋਚਣਾ ਚਾਹੀਦਾ। ਜਿਹੜੇ ਲੋਕ ਆਪਣੇ ਬਾਰੇ ਸੋਚਦੇ ਰਹਿੰਦੇ ਹੈ, ਉਹ ਹੀ ਡੈਮੇਜ ਕਰਦੇ ਹੈ। ਅਲਟੀਮੇਟਲੀ ਅਸੀਂ ਪੰਜਾਬ ਦੀ ਸੇਵਾ ਵਾਸਤੇ ਇੱਥੇ ਆਏ ਹਾਂ। ਰਾਜਨੀਤੀ ਜੇ ਤੁਸੀਂ ਕਰ ਰਹੇ ਹੋ, ਇਹਨੂੰ ਇੱਕ ਸੋਸ਼ਲ ਕੌਜ਼ ਸਮਝ ਕੇ ਤੁਸੀਂ ਪੰਜਾਬ ਦੀ ਸੇਵਾ ਕਰਨ ਵਾਸਤੇ ਲੱਗੇ ਹੋ। ਜੇ ਤੁਸੀਂ ਆਪਣੀ ਪਾਰਟੀ ਨੂੰ ਹੀ ਖਤਮ ਕਰਦੇ ਰਹੋਗੇ, ਇੱਕ ਆਈਡੀਓਲੋਜੀ ਜਿਹੜੀ ਆ ਉਹਨੂੰ ਅੱਗੇ ਨਹੀਂ ਆਉਣ ਦਿਓਗੇ, ਤਾਂ ਪਾਰਟੀ ਖਤਮ ਹੁੰਦੀ ਜਾਏਗੀ ਅਤੇ ਪੰਜਾਬ ਦਾ ਤੁਸੀਂ ਸੁਧਾਰ ਨਹੀਂ ਕਰ ਸਕਦੇ। ਅਲਟੀਮੇਟਲੀ ਲੋਕ ਤੁਹਾਨੂੰ ਵੀ ਨਕਾਰ ਦੇਣਗੇ। ਇਸ ਕਰਕੇ ਜਿਸ ਤਰ੍ਹਾਂ ਹੁਣ ਮੈਨੂੰ ਹੈ, ਦੁਬਾਰੇ ਲੋਕਾਂ ਨੇ ਚੁਣਿਆ ਹੈ, ਇੱਕ ਮਤਲਬ ਉਮੀਦ ਤੋਂ ਜ਼ਿਆਦਾ ਵੋਟਾਂ ਪਈਆਂ ਹੈ, ਜਿਹੜੇ ਕਿ ਆਮ ਲੋਕਾਂ ਨੂੰ ਨਹੀਂ ਲੱਗਦਾ ਸੀ। ਉਹਦਾ ਕਾਰਨ ਹੈ ਕਿ ਲੋਕਾਂ ਨੇ ਮੇਰੇ ਕੰਮ ਨੂੰ ਪਛਾਣਿਆ, ਲੋਕ ਫਿਰ ਪਛਾਣ ਲੈਂਦੇ ਕੰਮ ਨੂੰ। ਜਿਹੜਾ ਮਾੜਾ ਕਰਦਾ ਹੈ, ਹੁਣ ਜਾਖੜ ਹੈ, ਉਹਨੇ ਪਾਰਟੀ ਦਾ ਮਾੜਾ ਕੀਤਾ, ਜਾਂ ਜਿਹੜੇ ਦੂਜਿਆਂ ਨੇ ਮਾੜਾ ਕੀਤਾ, ਉਹਨਾਂ ਨੂੰ ਟਿਕਟ ਲੜਨ ਦੀ, ਉਹਨਾਂ ਨੂੰ ਲੜਨ ਦੀ ਵੀ ਹਿੰਮਤ ਨਹੀਂ ਪਈ ਕਿ ਉਹ MP ਲੜ ਲੈਣ। ਆਮ ਆਦਮੀ ਪਾਰਟੀ ਨੇ ਇੱਕ ਐਲੀਗੇਸ਼ਨ ਲਾਇਆ ਕਿ ਤੁਸੀਂ ਸਿਰਫ ਡੇਅਰੀ ਦੀ ਵੋਟ 'ਤੇ ਜਿੱਤੇ ਹੋ, ਕਿ ਉਸ ਤੋਂ ਬਗੈਰ ਨਹੀਂ ਜਿੱਤ ਸਕਦੇ ਸੀ, ਉਹ ਸਾਰੀ ਵੋਟ ਤੁਹਾਨੂੰ ਭੁਗਤ ਗਈ। ਮੇਰੀ ਗੱਲ ਸੁਣੋ, ਮੈਨੂੰ 400,000 ਵੋਟ ਪਈ ਹੈ, ਇੰਨੀ ਤਾਂ ਡੇਅਰੀ ਦੀ ਵੋਟ ਵੀ ਨਹੀਂ ਹੈ, ਬਾਕੀ ਕਿੱਥੇ 'ਤੇ ਆਈ? ਕਿੰਨੀ ਵੋਟ ਆ ਜੀ? ਡੇਰੇ ਦੀ ਵੋਟ ਤਾਂ ਘੱਟ ਹੈ ਨਾ, ਤੁਸੀਂ ਡੇਰੇ ਦੀ ਵੋਟ ਨਹੀਂ ਹੈ, ਮਤਲਬ ਡੇਰੇ ਦੇ ਵਿੱਚ ਜਿਹੜੇ ਆਸਥਾ ਰੱਖਦੇ ਉਹਨਾਂ ਦੀ ਹੈ। ਮੈਂ ਕੋਈ ਮੇਰੇ ਹੱਕ 'ਚ ਡੇਰੇ ਨੇ ਅਪੀਲ ਨਹੀਂ ਕੀਤੀ, ਕਿਸੇ ਹੋਰ ਦੇ ਹੱਕ 'ਚ ਡੇਰੇ ਨੇ ਅਪੀਲ ਨਹੀਂ ਕੀਤੀ। ਡੇਰੇ ਨੇ ਕਿਹਾ ਆਪਣੀ ਮਰਜ਼ੀ ਨਾਲ ਵੋਟਾਂ ਪਾਓ, ਰਾਧਾ ਸਵਾਮੀ ਡੇਰੇ ਨੇ ਵੀ ਕਿਹਾ ਆਪਣੀ ਮਰਜ਼ੀ ਨਾਲ ਵੋਟਾਂ ਪਾਓ, ਸਾਰੇ ਡੇਰਿਆਂ ਨੇ ਕਿਹਾ ਕਿ ਆਪਣੀ ਮਰਜ਼ੀ ਨਾਲ ਵੋਟਾਂ ਪਾਓ, ਲੋਕਾਂ ਨੇ ਆਪਣੀ ਮਰਜ਼ੀ ਨਾਲ ਵੋਟਾਂ ਪਾਈਆਂ। ਹਾਂ, ਇਹ ਹੈ ਕਿ ਜੀ ਡੇਰੇ ਦੇ ਜਿਹੜੇ ਪੈਰੋਕਾਰ ਹੈ, ਚਾਹੇ ਉਹ ਰਾਧਾ ਸਵਾਮੀਆਂ ਦੇ, ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਸਥਾ ਰੱਖਣ ਵਾਲੇ ਹੈ, ਜਾਂ ਡੇਰਿਆਂ ਵਿੱਚ ਆਸਥਾ ਰੱਖਣ ਵਾਲੇ ਹੈ, ਉਹਨਾਂ ਨੂੰ ਕਿਸ ਤਰ੍ਹਾਂ ਦਾ ਤੁਹਾਡਾ ਸੁਭਾਅ ਹੈ, ਉਹਨਾਂ ਨੂੰ ਕਿਸ ਤਰ੍ਹਾਂ ਦੇ ਲੋਕ ਤੁਹਾਨੂੰ ਸਮਝਦੇ ਹੈ, ਤੁਹਾਡੇ ਉਹਨਾਂ ਪ੍ਰਤੀ ਸੋਚ ਕਿਆ ਹੈ। ਜੇ ਤੁਹਾਡੀ ਸਿੱਖ ਕੌਮ ਦੇ ਪ੍ਰਤੀ ਸੋਚ ਮਾੜੀ ਹੈ ਤਾਂ ਤੁਹਾਨੂੰ ਸਿੱਖ ਕੌਮ ਕਿਉਂ ਵੋਟ ਪਾਏਗੀ? ਜੇ ਤੁਹਾਡੀ ਗਰੀਬ ਲੋਕਾਂ ਦੇ ਪ੍ਰਤੀ ਮਾੜੀ ਸੋਚ ਹੈ ਤਾਂ ਤੁਹਾਨੂੰ ਗਰੀਬ ਕਿਉਂ ਵੋਟ ਪਾਉਣਗੇ? ਜੇ ਤੁਸੀਂ ਕਿਸਾਨਾਂ ਬਾਰੇ ਮਾੜਾ ਸੋਚਦੇ ਹੋ ਤਾਂ ਕਿਸਾਨ ਤੁਹਾਨੂੰ ਕਿਉਂ ਵੋਟ ਕਰਨ? ਫਿਰ ਤੁਸੀਂ ਕਹਿੰਦੇ ਹੋ ਕਿ ਜੀ ਸਹੀ ਤਾਂ ਡੇਰੇ ਦੀ ਵੋਟਾਂ 'ਤੇ ਜਿੱਤ ਗਿਆ। ਯਾਰ, ਕਿਸਾਨਾਂ ਨੇ ਕਿਹੜੇ ਤੁਹਾਨੂੰ ਪਾਈ ਹੈ? ਕਿਸਾਨਾਂ ਦਾ ਜੋ ਤੁਸੀਂ ਪਿਛਲੇ 2 ਸਾਲਾਂ 'ਚ ਕੀਤਾ ਜਾਂ BJP ਨੇ ਪਿਛਲੇ 10 ਸਾਲਾਂ 'ਚ ਕੀਤਾ ਮਾੜਾ, ਉਹ ਕਿਸਾਨ ਕਿਵੇਂ ਭੁੱਲ ਜਾਣਗੇ? ਮੈਨੂੰ ਕਿਸਾਨਾਂ ਨੇ ਵੋਟ ਪਾਈ ਹੈ, ਮੈਨੂੰ ਦੁਕਾਨਦਾਰ ਨੇ ਵੋਟ ਪਾਈ ਹੈ ਜਿਹੜਾ ਕਿ ਅੱਜ ਸਰਕਾਰ ਤੋਂ ਤੰਗ ਹੈ, ਮੈਨੂੰ ਗਰੀਬ ਨੇ ਵੋਟ ਪਾਈ ਹੈ,
ਮੈਨੂੰ ਹਰ ਵਰਗ ਦੇ ਲੋਕਾਂ ਨੇ ਵੋਟ ਪਾਈ ਹੈ ਕਿਉਂਕਿ ਇਹਨਾਂ ਨੇ ਹਰ ਵਰਗ ਨੂੰ ਲਤਾੜਿਆ ਔਰ ਹਰ ਵਰਗ ਤੋਂ ਇਹ ਹਰ ਵਰਗ ਇਹਨਾਂ ਤੋਂ ਅੱਜ ਦੁਖੀ ਹੈ ਇਸ ਕਰਕੇ ਮੈਂ ਜਿੱਤਿਆ ਅਤੇ ਮੇਰੇ ਜਿਹੜੇ 111 ਦਿਨਾਂ ਦੇ ਕੰਮ ਹੈ ਲੋਕਾਂ ਨੇ ਉਹ ਦੇਖੇ ਕਿਸੇ ਦਾ ਬਿੱਲ ਮਾਫ਼ ਹੋਇਆ ਸੀ ਕਿਸੇ ਦਾ ਪੈਟਰੋਲ ਦਾ ਰੇਟ ਘੱਟ ਕੇ ਫਾਇਦਾ ਹੋਇਆ ਸੀ ਕਿਸੇ ਦਾ ਪਾਣੀ ਦਾ ਬਿੱਲ ਮਾਫ਼ ਹੋਇਆ ਕਿਸੇ ਨੂੰ ਨਵਾਂ ਘਰ ਮਿਲਿਆ ਸੀ ਮੇਰਾ ਘਰ ਮੇਰੀ ਉਹਦੇ ਸਕੀਮ ਦੇ ਵਿੱਚ ਜਿਹੜੇ ਉਸ ਟਾਈਮ ਅਸੀਂ 111 ਵੱਡੇ ਕੰਮ ਕੀਤੇ ਉਹ ਕਿਸੇ ਨਾ ਕਿਸੇ ਨੂੰ ਅਫੈਕਟ ਕੀਤੇ ਹੋਏ ਸੀ ਬੈਨੀਫਿਟ ਮਿਲਿਆ ਹੋਇਆ ਸੀ ਉਹਨੂੰ ਉਹਨੇ ਉਹ ਸੋਚਿਆ ਕਿ ਇਹ ਆਈਡੀਓਲੋਜੀ ਅੱਛੀ ਲੈ ਕੇ ਆਏ ਰੇਤਾ ਅਸੀਂ 550-550 ਰੁਪਏ ਫੁੱਟ ਕੀਤਾ ਸੀ ਅੱਜ 27 ਰੁਪਈਏ ਵੀ ਨਹੀਂ ਮਿਲਦਾ ਰਾਤ ਨੂੰ ਨਜਾਇਜ਼ ਮਾਈਨਿੰਗ ਨਾਲ ਹੋ ਰਿਹਾ ਪੰਜਾਬ ਦੀ ਫਾਈਨੈਂਸ਼ੀਅਲ ਹਾਲਤ ਕਿੱਥੇ ਚਲੀ ਗਈ ਹੈ ਇਹ ਸਾਰਾ ਕੁਝ ਲੋਕ ਸਿਆਣੇ ਹੈ ਲੋਕ ਸਭ ਕੁਝ ਦੇਖਦੇ ਆ ਇਹਨਾਂ ਨੇ ਕਿਹਾ ਸੀ 20,000 ਕਰੋੜ ਰੁਪਇਆ ਰੇਤੇ 'ਚ ਕਮਾਵਾਂਗੇ ਇਹਨਾਂ ਨੇ 200 ਕਰੋੜ ਵੀ ਨਹੀਂ ਕਮਾਇਆ ਅੱਜ ਜਿਹੜੀ ਇਹ ਪੋਲਿਸੀ ਰੇਤੇ ਦੀ ਪਹਿਲੀ ਗੱਲ ਤਾਂ ਲੈ ਕੇ ਨਹੀਂ ਆਈ ਕੋਈ ਫਿਰ ਇੱਕ ਲੈ ਕੇ ਆਏ ਕਿ ਜੀ ਅਸੀਂ ਮੈਨੂੰ ਲਈ ਟਰਾਲੀਆਂ ਭਰਾਵਾਂਗੇ ਉਹਦੇ 'ਚ ਕਿਹਾ 5.5 ਰੁਪਈਏ ਰੇਤਾ ਮਿਲਦਾ ਹੈ ਲੇਕਿਨ ਟਰਾਲੀ ਭਰਨ ਦਾ 2,000 ਰੁਪਇਆ ਯਾਨੀ ਕਿ 10 ਰੁਪਏ ਫੁੱਟ ਮੌਕੇ 'ਤੇ 15.5 ਹੋ ਗਿਆ ਸਾਡੀ ਸਕੀਮ ਦੇ ਵਿੱਚ 5.5 ਦੇ ਵਿੱਚ ਭਰਾਈ ਵੀ ਸੀਗੀ ਮਸ਼ੀਨ ਦੇ ਨਾਲ 150 ਰੁਪਈਆ 550 ਦੇ ਵਿੱਚ ਉਹਦੇ 'ਚ ਜ਼ਿਮੀਂਦਾਰ ਦੇ ਪੈਸੇ ਵੀ ਉਹਦੇ 'ਚ ਸਰਕਾਰ ਦੇ ਵੀ ਸੀ 550 ਦੇ ਵਿੱਚ ਸੀ ਇਹਨਾਂ ਨੇ 550 ਦੇ ਉੱਪਰ ਭਰਾਈ ਕਰਤੀ ਜਿਹੜੀ ਕਿ ਮੈਨੂਅਲ ਭਰਦੇ ਆ ਤਾਂ 2,000 ਰੁਪਏ ਟਰਾਲੀ ਲੈਂਦੇ ਉਹ 10 ਰੁਪਏ ਫੁੱਟ ਪੈ ਜਾਂਦੀ ਹੈ 200 ਫੁੱਟ ਇੱਕ ਟਰਾਲੀ 'ਚ ਰੇਤਾ ਪੈਂਦਾ 15 ਰੁਪਈਏ ਤਾਂ ਇਹੀ ਹੋ ਗਿਆ ਫਿਰ ਇੱਕ ਪਰਚੀ ਲਾ ਦਿੰਦੇ 1,000 ਰੁਪਈਏ ਦੀ ਟਰਾਲੀ 'ਤੇ ਉਹਦੇ ਨਾਲ 25 ਰੁਪਈਏ ਹੋ ਜਾਂਦਾ ਰੇਟ ਸੋ ਇਹ ਜਿਹੜੀ ਹੈ ਕੋਈ ਸਾਫ਼ ਇਹਨਾਂ ਨੇ ਜਿਹੜੀ ਆਮ ਆਦਮੀ ਪਾਰਟੀ ਇਹਨਾਂ ਨੇ ਕਿਹਾ ਸੀ ਅਸੀਂ ਪੋਲਿਸੀਆਂ ਲੈ ਕੇ ਆਵਾਂਗੇ ਜਿਹਦੇ ਨਾਲ ਫਾਈਨੈਂਸ਼ੀਅਲ ਪੋਜੀਸ਼ਨ ਅੱਛੀ ਹੋ ਜਾਏਗੀ ਕੋਈ ਵੀ ਐਸੀ ਪੋਲਿਸੀ ਨਹੀਂ ਲੈ ਕੇ ਆਏ ਜਿਹਦੇ ਨਾਲ ਫਾਈਨੈਂਸ਼ੀਅਲ ਪੋਜੀਸ਼ਨ ਅੱਛੀ ਹੋਵੇ ਅੱਜ ਰੇਤੇ ਵਿੱਚ ਹੀ ਲਓ ਰੇਤਾ ਸਾਰਾ ਇਲੀਗਲ ਮਾਈਨਿੰਗ ਹੋ ਰਹੀ ਹੈ ਪੰਜਾਬ ਦੇ ਵਿੱਚ ਕਿਸੇ ਦਰਿਆ 'ਤੇ ਚਲੇ ਜਾਓ ਰਾਤ ਨੂੰ ਮਸ਼ੀਨਾਂ ਲੱਗੀਆਂ ਹੋਈਆਂ ਔਰ ਕੋਈ ਫੜਨੇ ਵਾਲਾ ਨਹੀਂ ਹੈ ਮੈਂ ਵੀਡੀਓਜ਼ ਵੀ ਬਣਾਈਆਂ ਕਈ ਵਾਰ ਲੋਕਾਂ ਨੂੰ ਦੱਸਿਆ ਵੀ ਪੁਲਿਸ ਨੂੰ ਵੀ ਦੱਸਿਆ ਕੋਈ ਫੜਦਾ ਨਹੀਂ ਨਸ਼ੇ ਬਾਰੇ 'ਚ ਇਹ ਕੁਛ ਵੀ ਨਹੀਂ ਕਰ ਸਕੇ ਜਿੰਨਾ ਨਸ਼ਾ ਪੰਜਾਬ ਦੇ ਵਿੱਚ ਅੱਜ ਹੈ ਕਦੇ ਵੀ ਨਹੀਂ ਸੀ ਖਾਸ ਤੌਰ 'ਤੇ ਜਲੰਧਰ 'ਚ ਲੋਕਾਂ ਨੇ ਬੀਬੀਆਂ ਨੇ ਭੈਣਾਂ ਨੇ ਨੌਜਵਾਨ ਮੁੰਡਿਆਂ ਨੇ ਮੈਨੂੰ ਰੋਕ ਰੋਕ ਕੇ ਕਿਹਾ ਕਿ ਸਾਡੇ ਇੱਥੇ ਨਸ਼ਾ ਖਤਮ ਕਰ ਦਿਓ ਰੋ ਰੋ ਕੇ ਕਿਹਾ ਇੰਨਾ ਜ਼ਿਆਦਾ ਨਸ਼ਾ ਹੈ ਸਰਕਾਰ ਸੁੱਤੀ ਪਈ ਹੈ ਆਪ ਬੁਕਾਉਂਦੇ ਆ ਲੋਕ ਉੱਥੇ ਦੜਾ ਸੱਟਾ ਚੱਲਦਾ ਹੈ ਉੱਥੇ ਲਾਟਰੀ ਸਿਸਟਮ ਚੱਲਦਾ ਜਲੰਧਰ ਦੇ ਵਿੱਚ ਉੱਥੇ ਜਾਂਦੇ ਜਾਂਦੇ ਦੀ ਚੇਨੀ ਖੋਲ੍ਹ ਲੈਂਦੇ ਹੈ ਮਤਲਬ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਨਹੀਂ ਹੈ ਇਹ ਸਾਰੀਆਂ ਸਥਿਤੀਆਂ ਨੂੰ ਦੇਖ ਕੇ ਅੱਜ ਇਹਨਾਂ ਦਾ ਇਹ ਹਾਲ ਹੋਇਆ ਕਿ 3 ਵੀ ਕੁਝ ਸਾਡੀਆਂ ਗਲਤੀਆਂ ਕਰਕੇ ਮਿਲ ਗਈਆਂ ਨਹੀਂ 3 ਵੀ ਨਹੀਂ ਸੀ ਮਿਲਣੀਆਂ ਚੰਨੀ ਸਾਹਿਬ ਇਹ ਸਰਕਾਰ ਡਰੱਗਸ ਨੂੰ ਸੈਂਡ ਮਾਈਨਿੰਗ ਨੂੰ ਲਾਅ ਐਂਡ ਆਰਡਰ ਨੂੰ ਨਹੀਂ ਸੰਭਾਲ ਪਾ ਰਹੀ ਤਾਂ ਇਹਦੇ ਵਿੱਚ ਉਹਨਾਂ ਦੀ ਨਲਾਇਕੀ ਹੈ ਜਾਂ ਕਿਸੇ ਪੋਲੀਟੀਸ਼ੀਅਨ ਸ਼ੈਲਟਰ ਕਰ ਰਿਹਾ ਸਰਪ੍ਰਸਤੀ ਦੇ ਰਿਹਾ ਜਿਵੇਂ ਪਹਿਲਾਂ ਤੁਸੀਂ ਇੱਦਾਂ ਹੈ ਕਿ ਸ਼ੈਲਟਰ ਕਰਨ ਵਾਲੇ ਅਤੇ ਮਾਫੀਆ ਤਾਂ ਨਾਲ ਇਨਵੋਲਵ ਹੋਏ ਜਾਂਦਾ ਹੁੰਦਾ ਕੋਈ ਕਰ ਲਵੇ ਜਦੋਂ ਤੁਹਾਨੂੰ ਆਪ ਨੂੰ ਲਿਆਕਤ ਨਹੀਂ ਹੈ ਮੈਂ ਪਹਿਲਾਂ ਕਿਹਾ ਸੀ ਵੀ ਸਟੇਜ ਚਲਾਉਣ ਦੇ ਵਿੱਚ ਅਤੇ ਸਟੇਟ ਚਲਾਉਣ ਦੇ ਵਿੱਚ ਬੜਾ ਫਰਕ ਹੁੰਦਾ ਅੱਜ ਤੱਕ ਸਾਡਾ ਮੁੱਖ ਮੰਤਰੀ ਸਟੇਜ ਚਲਾ ਰਿਹਾ ਉਹ ਸਟੇਟ ਚਲਾ ਹੀ ਨਹੀਂ ਸਕਿਆ ਅਤੇ ਨਾ ਹੀ ਉਹਨੂੰ ਚਲਾਉਣੀ ਆਉਂਦੀ ਹੈ ਅਤੇ ਨਾ ਹੀ ਉਹ ਤੋਂ ਚੱਲਣੀ ਹੈ ਇਸ ਕਰਕੇ ਬਿਹਤਰ ਹੈ ਕਿ ਉਹ ਕਿਸੇ ਹੋਰ ਨੂੰ ਮੌਕਾ ਦੇਵੇ ਪੰਜਾਬ ਦੇ ਇੰਟਰਸਟ ਦੇ ਵਿੱਚ ਜੇ ਉਹਨੂੰ ਪੰਜਾਬ ਦੀ ਮਾੜੀ ਮੋਟੀ ਵੀ ਸੋਚ ਹੈ ਉਹ ਫਾਇਦਾ ਸੋਚਣਾ ਚਾਹੁੰਦਾ ਪੰਜਾਬ ਦਾ ਤਾਂ ਉਹ ਪਿੱਛੇ ਹਟ ਕੇ ਕਿਸੇ ਹੋਰ ਨੂੰ ਅੱਗੇ ਆਉਣ ਦੇਵੇ ਉਹ
ਇਹ ਲਿਆਕਤ ਨਹੀਂ ਰੱਖਦਾ ਕਿ ਉਹ ਪੰਜਾਬ ਨੂੰ ਚਲਾ ਸਕੇ। ਚਲੋ ਸਰ, ਬੀਜੇਪੀ ਅਤੇ ਅਕਾਲੀ ਨੂੰ ਕੋਈ ਸੀ, ਅਕਾਲੀਆਂ ਨੂੰ ਇੱਕ ਸੀਟ ਆਈ, ਬੀਜੇਪੀ ਨੂੰ ਕੋਈ ਸੀਟ ਨਹੀਂ ਆਈ, ਪਰ ਉਹਨਾਂ ਦਾ ਵੋਟ ਸ਼ੇਅਰ ਕਾਫੀ ਵਧਿਆ। ਤੁਸੀਂ ਉਹ ਦੋਵਾਂ ਪਾਰਟੀ ਨੂੰ ਪੰਜਾਬ ਵਿੱਚ ਕਿਵੇਂ ਦੇਖਦੇ ਹੋ, ਐਂਡ ਸਪੈਸ਼ਲੀ ਜਿਹੜਾ ਉਹ ਪੋਲਰਾਈਜੇਸ਼ਨ ਆਫ ਵੋਟਸ ਹੋਈ ਹੈ ਇੱਕ ਤਰਫ ਨੂੰ? ਦੇਖੋ, ਬੀਜੇਪੀ ਨੇ ਪੰਜਾਬ ਦੇ ਵਿੱਚ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਹੈ। ਬੀਜੇਪੀ ਨੇ ਫਿਰਕਾ ਪ੍ਰਸਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਬੀਜੇਪੀ ਨੇ ਆਪਸੀ ਭੇਦਭਾਵ ਦੇ ਨਾਲ ਹਿੰਦੂ ਵੋਟ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਹੈ, ਦਲਿਤਾਂ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਵਿੱਚ ਉਹ ਕਾਮਯਾਬ ਨਹੀਂ ਹੋਏ। ਉਹ ਕਾਮਯਾਬ ਉਹਨਾਂ ਨੂੰ ਕੋਈ ਸੀਟ ਨਹੀਂ ਮਿਲੀ, ਅਤੇ ਉਹਨਾਂ ਨੂੰ ਮੂੰਹ ਤੋੜ ਜਵਾਬ ਮਿਲਿਆ ਕਿ ਪੰਜਾਬ ਡਿਵਾਈਡ ਹੋਣ ਵਾਲਾ ਨਹੀਂ ਹੈ ਅਤੇ ਤੁਸੀਂ ਡਿਵਾਈਡ ਨਹੀਂ ਕਰ ਸਕਦੇ। ਪੋਲਰਾਈਜੇਸ਼ਨ ਅਤੇ ਐਂਟੀ ਪੋਲਰਾਈਜੇਸ਼ਨ ਹੋਈ ਹੈ। ਜੇ ਉਹਨਾਂ ਨੇ ਹਿੰਦੂਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨਾਲ ਨਾਲ ਦੂਸਰੇ ਪਾਸੇ ਵੀ ਮੈਸੇਜ ਗਿਆ ਕਿ ਜੇ ਇਹਨਾਂ ਨੂੰ ਇਹ ਇਕੱਠੇ ਕਰੇ ਤਾਂ ਅਸੀਂ ਇਹਨਾਂ ਨੂੰ ਹਰਾਈਏ ਤਾਂ ਕਿ ਸਾਡੇ ਵਿੱਚ ਕੋਈ ਭੇਦਭਾਵ ਨਾ ਆਵੇ। ਤਾਂ ਪੰਜਾਬ ਦੇ ਲੋਕਾਂ ਨੇ ਬੀਜੇਪੀ ਦੀ ਜਿਹੜੀ ਸੋਚ ਹੈ ਉਹਨੂੰ ਇਕੱਠੇ ਹੋ ਕੇ ਲਤਾੜਿਆ। ਉੱਥੇ ਹਿੰਦੂਆਂ ਨੇ ਵੀ ਉਹਨਾਂ ਦੇ ਖਿਲਾਫ਼ ਵੋਟ ਪਾਈ ਹੈ ਅਤੇ ਸਿੱਖਾਂ ਨੇ ਵੀ ਉਹਦੇ ਖਿਲਾਫ਼ ਵੋਟ ਪਾਈ ਹੈ। ਇਹ ਨਹੀਂ ਹੈ ਕਿ ਸਿੱਖਾਂ ਨੇ ਜਾਂ ਕਿਸੇ ਹੋਰ ਜਾਤੀਆਂ ਨੇ ਉਹਨਾਂ ਨੂੰ ਵੋਟ ਨਹੀਂ ਪਾਈ, ਉਹਨਾਂ ਦੇ ਵਿਰੁੱਧ ਪਾਈ ਹੈ। ਉਹਨਾਂ ਨੇ ਬੁਰੀ ਤਰ੍ਹਾਂ ਲਤਾੜਿਆ ਜਿਹਦੇ ਕਰਕੇ ਉਹਨਾਂ ਨੂੰ ਕੋਈ ਸੀਟ ਨਹੀਂ ਮਿਲੀ। ਔਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਸੋਚ ਦੀ ਕੋਈ ਜਗ੍ਹਾ ਨਹੀਂ ਹੈ। ਇਤਿਹਾਸ ਗਵਾਹ ਹੈ, ਕਦੇ ਵੀ ਪੰਜਾਬ ਦੇ ਵਿੱਚ ਆਜ਼ਾਦੀ ਤੋਂ ਬਾਅਦ ਕਦੇ ਵੀ ਹਿੰਦੂ ਸਿੱਖ ਦਾ ਕੋਈ ਝਗੜਾ ਨਹੀਂ ਪਿਆ, ਕਦੇ ਵੀ ਕਿਸੇ ਹੋਰ ਤਰ੍ਹਾਂ ਦਾ ਝਗੜਾ ਨਹੀਂ ਪਿਆ। ਇਹਨਾਂ ਨੇ ਕੋਸ਼ਿਸ਼ ਕੀਤੀ ਹੈ, ਔਰ ਉਸ ਤੋਂ ਉੱਪਰ ਇਹਨਾਂ ਨੇ ਇੰਨਾ ਪੈਸਾ ਵੰਡਿਆ ਪੰਜਾਬ ਦੇ ਵਿੱਚ ਵੋਟਾਂ ਵਿੱਚ। ਲੋਕਾਂ ਨੇ ਪੈਸੇ ਲੈ ਕੇ ਰੱਖ ਲਏ, ਰਾਸ਼ਨ ਲੈ ਕੇ ਰੱਖ ਲਿਆ, ਲੇਕਿਨ ਵੋਟ ਨਹੀਂ ਇਹਨਾਂ ਨੂੰ ਪਾਈ। ਚੰਨੀ ਜੀ, ਤੁਸੀਂ ਇੱਕ ਡਿਸੀਜਨ ਲਿਆ ਇਲੈਕਸ਼ਨ ਤੋਂ ਪਹਿਲਾਂ ਕਿ ਵੀ ਤੁਸੀਂ ਇਲੈਕਸ਼ਨ ਆਪਦੇ ਨਾਲ ਇਕੱਠੇ ਨਹੀਂ ਲੜੋਗੇ, ਸੈਪਰੇਟ ਲੜੋਗੇ। ਤੁਸੀਂ ਇਹ ਕਿਹਾ ਵੀ ਪੋਲੀਟੀਕਲ ਵੈਂਡੈਟਾ ਤੁਹਾਡੇ 'ਤੇ ਵੀ ਉਹਨਾਂ ਨੇ ਸਮਨ ਕੀਤਾ, ਤੁਹਾਡੇ ਦੋ ਮੰਤਰੀ ਅੰਦਰ ਵੀ ਕੀਤੇ, ਇਹ ਜਿਹੜਾ ਹੁਣ ਪੋਲੀਟੀਕਲ ਵੈਂਡੈਟਾ ਚੱਲਦਾ ਹੈ, ਤੁਹਾਨੂੰ ਲੱਗਦਾ ਆਉਣ ਵਾਲੇ ਦਿਨਾਂ ਵਿੱਚ ਇਹਦੇ ਵਿੱਚ ਆਪ ਦੁਬਾਰਾ ਇਸ ਨੂੰ ਰੀਨਿਊ ਕਰੇਗੀ, ਕਿਵੇਂ ਰਹੇਗਾ, ਕਿਉਂਕਿ ਤੁਹਾਡਾ ਨੈਸ਼ਨਲ ਲੈਵਲ 'ਤੇ ਇਹਨਾਂ ਨਾਲ ਅਲਾਇੰਸ ਵੀ ਹੈਗਾ? ਅਲਾਇੰਸ ਦੇਖੋ, ਅਲਾਇੰਸ ਨੂੰ ਨਾ ਅਸੀਂ ਕੁਝ ਸਮਝਦੇ ਨਾ ਇਹ ਸਮਝਦੇ ਜੀ। ਇਹਨਾਂ ਦੀ ਸੋਚ ਹੈ ਜਿਹੜੀ ਉਹ ਬੀਜੇਪੀ ਅਤੇ ਆਮ ਆਦਮੀ ਪਾਰਟੀ ਦੀ ਜਿਹੜੀ ਮੋਡਸ ਪਰੈਂਡੀ ਹੈ, ਜਿਹੜਾ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਉਹ ਲਗਭਗ ਸੇਮ ਹੈ ਜੀ। ਉਹ ਵੀ ਦਬਾ ਕੇ ਬਾਂਹ ਮਰੋੜ ਕੇ ਕੰਮ ਲੈਣਾ ਚਾਹੁੰਦੇ, ਇਹ ਵੀ ਉਸੇ ਰਾਹ 'ਤੇ ਤੁਰੇ ਹੋਏ। ਉਹ ਵੀ ਈਡੀ ਵਗੈਰੀਆਂ ਏਜੰਸੀਆਂ ਨੂੰ ਮਿਸਯੂਜ਼ ਕਰਦੇ, ਇਹ ਵਿਜੀਲੈਂਸ ਨੂੰ ਮਿਸਯੂਜ਼ ਕਰਦੇ, ਕੰਮ ਸੇਮ ਤਰੀਕੇ ਨਾਲ ਕਰਦੇ, ਲੇਕਿਨ ਇਹ ਜਿਹੜਾ ਕੰਮ ਕਰਨ ਦਾ ਤਰੀਕਾ ਉਹਨਾਂ ਦਾ ਵੀ ਲੋਕਾਂ ਨੇ ਨਕਾਰਤਾ ਅਤੇ ਇਹਨਾਂ ਦਾ ਵੀ ਨਕਾਰਤਾ ਅਤੇ ਫੇਲ ਹੋ ਗਏ ਉਸ ਮਾਮਲੇ 'ਚ। ਹੁਣ ਇਹ ਦੁਬਾਰੇ ਉਸੇ ਤਰੀਕੇ ਨੂੰ ਅਪਣਾਉਂਦੇ ਕਿ ਨਹੀਂ ਅਪਣਾਉਂਦੇ, ਇਹ ਤਾਂ ਸਮਾਂ ਦੱਸੇਗਾ, ਲੇਕਿਨ ਮੈਨੂੰ ਨਹੀਂ ਲੱਗਦਾ ਇਹ ਹਟਣਗੇ ਅਤੇ ਇਹ ਉਹੀ ਰਸਤੇ 'ਤੇ ਫਿਰ ਅੱਗੇ ਵਧਣਗੇ, ਲੇਕਿਨ ਉਹਦੇ ਨਾਲ ਇਹਨਾਂ ਦਾ ਹੋਰ ਨੁਕਸਾਨ ਹੋਏਗਾ। ਚੰਨੀ ਸਾਹਿਬ, ਇਸੇ ਇਲੈਕਸ਼ਨ ਦੇ ਵਿੱਚ ਆਪਾਂ ਦੇਖਿਆ ਇੰਦਰਾ ਗਾਂਧੀ ਜੀ ਦੇ ਜਿਹੜੇ ਕਾਤਲ ਉਹਨਾਂ ਦਾ ਬੇਟਾ ਆਪਣੀ ਚੌਥੀ ਇਲੈਕਸ਼ਨ 'ਚ ਉਹ ਪਹਿਲੀ ਵਾਰ ਜਿੱਤਿਆ, ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ, ਅਤੇ ਅੰਮ੍ਰਿਤਪਾਲ ਸਿੰਘ ਜਿਹੜੇ NSA ਦੇ ਵਿੱਚ ਦਿਬਰੂਗੜ੍ਹ ਅਸਾਮ ਦੇ ਵਿੱਚ ਬੰਦ ਹੈ। ਸੋ ਇਹ ਦੋਵਾਂ ਦੀ ਜਿੱਤ ਦਾ ਪੰਜਾਬ ਦੇ ਵਿੱਚ ਕੀ ਮਤਲਬ ਹੈ? ਨਹੀਂ, ਮਤਲਬ ਕੋਈ ਨਹੀਂ ਹੈ ਆਪਾਂ ਨੂੰ। ਜੇ ਉਹਦਾ ਬੇਟਾ ਜਿੱਤਿਆ ਤਾਂ ਆਪਾਂ ਉਹਦੇ ਨਾਲ ਹੀ ਜੋੜ ਕੇ ਕਿਉਂ ਦੇਖਦੇ? ਉਹਦੇ ਆਪਣਾ ਕੈਲੀਬਰ ਵੀ ਹੋ ਸਕਦਾ, ਲੋਕਾਂ ਦੀ ਆਪਣੀ ਸੋਚ ਵੀ ਹੋ ਸਕਦੀ ਹੈ। ਪਬਲਿਕ ਦੇ ਜਿਹੜਾ ਵੀ ਉਹ ਮਤ ਦਿੰਦੀ ਹੈ ਡੈਮੋਕ੍ਰੇਟਿਕ ਸਿਸਟਮ 'ਚ, ਉਹਨੂੰ ਮੰਨਣਾ ਚਾਹੀਦਾ ਅਤੇ ਉਹਦੇ 'ਤੇ ਅੱਗੇ ਵਧਣਾ ਚਾਹੀਦਾ। ਜੇ ਕਿਸੇ ਦੀ ਮਾੜੀ ਸੋਚ ਹੋਏਗੀ
ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਅਜੇ ਤਾਂ ਉਹ ਨਵਾਂ ਮੁੰਡਾ ਆਇਆ, ਉਸ ਟਾਈਮ ਤਾਂ ਬਚਪਨ ਸੀਗਾ ਉਹਦਾ, ਅਜੇ ਉਹ ਆਇਆ ਹੈ, ਕਿਸ ਤਰ੍ਹਾਂ ਦੇ ਕੰਮ ਕਰਦਾ ਹੈ, ਉਹ ਕਿਸ ਤਰ੍ਹਾਂ ਦੀ ਸੋਚ ਲੈ ਕੇ ਆਉਂਦਾ, ਕਿਸ ਤਰ੍ਹਾਂ ਦੀ ਗੱਲ ਕਰਦਾ ਹੈ, ਸਮਾਜ ਨੂੰ ਕਿੱਧਰ ਨੂੰ ਲਿਜਾਣ ਦੀ ਕੋਸ਼ਿਸ਼ ਕਰਦਾ, ਇਹ ਵਿਚਾਰ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਜੇ ਉਹ ਮਾੜਾ ਕਰੇਗਾ ਤਾਂ ਅਸੀਂ ਉਹਦੇ ਖਿਲਾਫ਼ ਖੜਾਂਗੇ। ਚਲੀ ਜੀ, ਇੱਕ ਪਾਸੇ ਜਿੱਦਾਂ ਇਹਨਾਂ ਨੇ ਕਿਹਾ ਵੀ ਇਹ ਫਰਿੰਜ ਐਲੀਮੈਂਟ ਜਿਹਨੂੰ ਅਸੀਂ ਅੰਗਰੇਜ਼ੀ 'ਚ ਰੈਫਰ ਕਰਦੇ ਹਾਂ ਵੀ ਉਹ ਦੋ ਸੀਟਾਂ ਤੋਂ ਜਿੱਤ ਗਏ ਨੇ, ਦੂਸਰੇ ਸੇ ਕਾਂਗਰਸ ਨੂੰ ਹਮੇਸ਼ਾ ਲੋਕ ਅਕਿਊਜ਼ ਕਰਦੇ, ਜਦ ਕਿ BJP ਅਕਿਊਜ਼ ਕਰਦੀ ਹੈ ਦੂਸਰੀ ਪਾਰਟੀ ਕਿ ਵੀ 84 ਰੋਇਡਸ ਬਲੂ ਸਟਾਰ ਓਪਰੇਸ਼ਨ ਦੀ, ਫਿਰ ਵੀ ਤੁਸੀਂ ਪੰਜਾਬ 'ਚ ਇਸ ਵਾਰੀ ਰਿਵਾਈਵਲ ਕਰ ਗਏ, ਹਰ ਵਾਰੀ ਐਲੀਗੇਸ਼ਨ ਲੱਗਦੀ, ਕੀ ਕਾਰਨ ਹੈ? ਪੰਜਾਬ ਦਾ ਕਰੈਕਟਰ ਡਿਫਰੈਂਟ? ਇਹ ਇੱਦਾਂ ਨਹੀਂ ਹੈ, ਕੋਈ ਵੀ ਪਾਰਟੀ ਹੈ ਉਹਨੂੰ ਜਿਹੜੇ ਉਸ ਟਾਈਮ ਸਥਾਪਿਤ ਉਹਦੇ 'ਤੇ ਬੰਦੇ ਹੈ, ਲੀਡਰ ਹੈ, ਉਹ ਚਲਾਉਂਦੇ ਹੈ, ਉਹਨਾਂ ਦੀ ਸੋਚ ਪ੍ਰਵੇਲ ਕਰਦੀ ਹੈ। ਇਹ ਨਹੀਂ ਹੁੰਦਾ ਕਿ ਜੀ ਕਿਸੇ ਲੀਡਰ ਨੇ ਜੇ ਕੋਈ ਗਲਤ ਕਰਤਾ ਤਾਂ ਅੱਗੇ ਨੂੰ ਵੀ ਗਲਤ ਹੋਏਗਾ। ਇਸ ਕਰਕੇ ਜੇ ਕਦੇ ਸਿੱਖਾਂ ਦੇ ਖਿਲਾਫ਼ ਕੋਈ ਗੱਲ ਹੋਈ ਹੈ, ਜਿਹੜੀ ਕਿ ਹੋਈ ਵੀ ਹੈ, ਉਹ ਬਲੂ ਸਟਾਰ ਕਦੇ ਹੋਇਆ, ਤਾਂ ਜੇ ਉਦੋਂ ਮਾੜੀ ਗੱਲ ਹੋਈ ਸੀ ਜਿਹਨੂੰ ਅਸੀਂ ਵੀ ਨਿੰਦਦੇ ਹਾਂ, ਤਾਂ ਇਹ ਜ਼ਰੂਰੀ ਨਹੀਂ ਹੈ ਕਿ ਹੁਣ ਉੱਦਾਂ ਦੀ ਸੋਚ ਪ੍ਰਵੇਲ ਕਰੇ, ਕਿਉਂਕਿ ਅੱਜ ਰਾਹੁਲ ਗਾਂਧੀ ਦੀ ਅਲੱਗ ਸੋਚ ਹੈ। ਉਹ ਹਰਿਮੰਦਰ ਸਾਹਿਬ ਦੇ ਵਿੱਚ ਆਉਂਦਾ, ਉੱਥੇ ਨਤਮਸਤਕ ਹੁੰਦਾ, ਉੱਥੇ ਲੰਗਰ ਦੀ ਸੇਵਾ ਕਰਦਾ, ਉੱਥੇ ਜੁੱਤੀਆਂ ਦੀ ਸੇਵਾ ਕਰਦਾ, ਉਹਦੀ ਸੋਚ ਵੱਖਰੀ। ਅੱਜ ਜਿਹੜੇ ਲੀਡਰ ਅੱਜ ਹੈ ਉਹਨਾਂ ਦੀ ਸੋਚ ਵੱਖਰੀ ਹੈ, ਜਿਹੜੇ ਪਹਿਲਾਂ ਗਲਤੀਆਂ ਕਰ ਗਏ, ਜ਼ਰੂਰੀ ਨਹੀਂ ਅਗਲੀਆਂ ਹੋਣ। ਇਸ ਕਰਕੇ ਪਲਾਣੀਆਂ ਦੇ ਨਾਲ ਜੋੜ ਕੇ ਹਮੇਸ਼ਾ ਦੇਖਣਾ ਜਿਹੜਾ ਉਹ ਜਾਇਜ਼ ਨਹੀਂ ਹੈ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ BJP ਹੈ। BJP ਅੱਜ ਗਲਤੀਆਂ ਕਰ ਰਹੀ ਹੈ, ਅੱਜ ਦੀ ਲੀਡਰਸ਼ਿਪ ਗਲਤ ਹੈ ਪੰਜਾਬ ਬਾਰੇ ਸੋਚਦੀ ਹੈ। ਕਾਂਗਰਸ ਨੇ ਪਹਿਲਾਂ ਗਲਤੀਆਂ ਕੀਤੀਆਂ, ਉਹਦੀਆਂ ਮਾਫੀਆਂ ਕਾਂਗਰਸ ਮੰਗ ਚੁੱਕੀ ਹੈ, ਅਤੇ ਸਿੱਖ ਕੌਮ ਤਾਂ ਬਖਸ਼ਣਹਾਰ ਹੈ, ਬਖਸ਼ ਦਿੰਦੀ ਹੈ। ਅਤੇ ਤੁਹਾਡਾ BJP ਦਾ ਕੀ, ਤੁਹਾਨੂੰ ਪਲੈਨ, ਏਜੰਡਾ ਕੀ ਲੱਗਦਾ ਪੰਜਾਬ ਲਿਆਉਣ ਦੇ ਦਿਨਾਂ 'ਚ? ਐਜ਼ ਏ ਪੋਲੀਟੀਸ਼ੀਅਨ, ਸੀਨੀਅਰ ਪੋਲੀਟੀਸ਼ੀਅਨ, ਤੁਸੀਂ ਕੀ ਦੇਖਦੇ ਹੋ, ਕੀ ਉਹਨਾਂ ਦੀ ਅੱਖ ਕਿੱਥੇ ਹੈ, ਕੀ ਕਰਨ ਵਾਲੇ? ਆਪਾਂ ਪਿਛਲੇ 10 ਸਾਲਾਂ ਨੂੰ ਹੀ ਦੇਖ ਸਕਦੇ ਹਾਂ, ਅੱਗੇ ਤਾਂ ਜੀ ਉਹਨਾਂ ਦਾ ਮਨ ਫਾੜ ਕੇ ਤਾਂ ਕੋਈ ਦੇਖਿਆ ਨਹੀਂ ਕਿ ਜੀ ਅੰਦਰ ਮੰਨਦੇ ਕਿਆ ਹੈ, ਉਹ ਕਹੀ ਜੋ ਮਰਜ਼ੀ ਜਾਣ। ਲੇਕਿਨ ਪਿਛਲੇ 10 ਸਾਲਾਂ ਦੇ ਵਿੱਚ ਉਹਨਾਂ ਨੇ ਇੱਕ ਗੱਲ, ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੀ ਕਿਸਾਨੀ ਹੈ ਜਿਹੜੀ, ਉਹ ਪੰਜਾਬ ਦਾ ਫਾਈਨੈਂਸ਼ੀਅਲ ਅਰਥ ਵਿਵਸਥਾ ਦਾ ਧੁਰਾ ਹੈ। ਜੇ ਪੰਜਾਬ ਦੀ ਕਿਸਾਨੀ ਨੂੰ ਡੁੱਬਣਾ ਗਏ ਤਾਂ ਪੰਜਾਬ ਦੀ ਅਰਥ ਵਿਵਸਥਾ ਡੁੱਬ ਜਾਣੀ ਅਤੇ ਪੰਜਾਬ ਡੁੱਬ ਜਾਣਾ। ਉਹ ਇਸ ਰਸਤੇ 'ਤੇ ਅਜੇ ਤੱਕ ਚੱਲੇ ਹੋਏ ਹੈ ਪਿਛਲੇ 10 ਸਾਲਾਂ ਤੋਂ। ਉਹਨਾਂ ਨੇ ਪੰਜਾਬ ਦੀ ਕਿਸਾਨੀ ਦਾ ਮਨਾ ਮੋਹੀ ਨੁਕਸਾਨ ਕੀਤਾ, ਅੱਜ ਵੀ ਕਰ ਰਹੇ। ਤੁਸੀਂ ਸ਼ੈਲਰ ਲੈ ਲਓ, ਸ਼ੈਲਰਾਂ ਦੇ ਵਿੱਚ ਕਿਸਾਨੀ ਦਾ ਪ੍ਰੋਡਿਊਸ ਆਉਂਦਾ, ਉੱਥੇ ਚਾਵਲ ਕੱਢ ਕੇ ਦੇਣੇ ਹੈ। 31 ਮਾਰਚ ਤੱਕ ਸ਼ੈਲਿੰਗ ਹੋ ਜਾਂਦੀ ਸੀ, ਅੱਜ ਤੱਕ ਹਮੇਸ਼ਾ 31 ਮਾਰਚ ਨੂੰ ਸਾਰਾ ਕੰਮ ਖਤਮ ਹੋ ਜਾਂਦਾ ਸੀ। ਲੇਕਿਨ ਪਿਛਲੇ ਸਾਲਾਂ ਤੋਂ ਇਹ ਡਿਲੇ ਕਰਦੇ ਕਰਦੇ ਐਤਕੀ ਅੱਜ ਜੁਲਾਈ ਜੂਨ ਦੇ ਵਿੱਚ ਵੀ ਅੱਜ ਤੱਕ 50% ਵੀ ਕੰਮ ਪਿਆ। ਇੱਥੋਂ ਚਾਵਲ ਚੱਕ ਕੇ ਲਿਜਾਂਦੇ ਹੀ ਨਹੀਂ, ਸਪੇਸ ਹੀ ਨਹੀਂ ਬਣਦੀ, ਅੱਗੇ ਉਹ ਨਹੀਂ ਹੁੰਦੀ। ਪੰਜਾਬ ਸਰਕਾਰ ਉਹਨਾਂ ਦੇ ਨਾਲ ਰਲੀ ਵੀ, ਇਹਨਾਂ ਨੇ 2-2.5 ਮਹੀਨੇ ਜਿਹੜਾ ਕ੍ਰੈਸ਼ਰਾਂ ਦਾ ਕੰਮ ਚੱਲਣ ਨਹੀਂ ਦਿੱਤਾ। ਜਦੋਂ ਹੁਣ ਅੱਗੇ ਜਿਹੜਾ ਚਾਵਲ ਹੈ, ਝੋਨਾ ਹੈ, ਉਹਨੂੰ ਚੱਕਿਆ ਨਹੀਂ ਜਾਏਗਾ, ਉਹ ਲੋਕ ਬੀਜਣਾ ਬੰਦ ਕਰਨਗੇ, ਨੁਕਸਾਨ ਹੋਏਗਾ ਪੰਜਾਬ ਦਾ। ਸੋ ਇਹ ਬਹੁਤ ਤਰੀਕਿਆਂ ਦੇ ਨਾਲ ਪੰਜਾਬ ਦਾ ਨੁਕਸਾਨ ਕਰ ਰਹੇ, ਜਿਸ ਤਰ੍ਹਾਂ ਕਾਲੇ ਕਾਨੂੰਨ ਲੈ ਕੇ ਆਏ ਸੀ, ਹੁਣ ਇਹ ਜਿਹੜੀ ਆਹੀ ਸਾਡਾ ਮੁੱਖ ਮੰਤਰੀ, ਇਹਨੇ ਵੋਟਾਂ ਤੋਂ ਪਹਿਲਾਂ ਉਹ ਮੰਡੀਆਂ ਡਿਕਲੇਅਰ ਕਰਤੇ ਸੀ ਸੈਲੋ। ਸੋ ਇਹ ਲੋਕ ਮਾੜੀ ਸੋਚ ਦੇ ਨਾਲ ਚੱਲੇ ਹੋਏ। ਸਾਡਾ ਮੁੱਖ ਮੰਤਰੀ ਤਾਂ ਸਮਝੋ ਮੁੱਖ ਮੰਤਰੀ ਹੈ ਹੀ ਨਹੀਂ, ਇਹਨੂੰ ਤਾਂ ਜਿਸ ਤਰ੍ਹਾਂ ਅਮਿਤ ਸ਼ਾਹ ਜੀ ਚਲਾਉਂਦੇ ਉਸ ਤਰ੍ਹਾਂ ਚੱਲਦਾ, ਅਤੇ ਉੱਥੇ ਇਹਨੇ ਗੋਡੇ ਟੇਕੇ ਵੀ ਆ ਕਿ ਮੈਨੂੰ ਬਖਸ਼ੋ ਜੋ ਕੁਛ ਕਰਨਾ ਤੁਸੀਂ ਕੇਜਰੀਵਾਲ ਦੇ ਨਾਲ। ਬੜੀ ਵੱਡੀ ਗੱਲ ਕਹਿ ਰਹੇ ਹੋ ਵੀ ਗੋਡੇ ਟੇਕੇ, ਤਾਂ ਮਤਲਬ BJP ਸਰਕਾਰ ਬਣਾਏਗੀ, ਤੁਹਾਡਾ ਕਹਿਣ ਦਾ ਮਤਲਬ? ਇੱਥੇ ਇਹਨੇ ਕਦੇ ਵੀ ਜਾ ਸਕਦੇ BJP ਸਾਰੇ ਟੋਲੇ ਨੂੰ ਲੈ ਕੇ, ਲੇਕਿਨ ਇਹਦੇ ਨਾਲ ਟੋਲਾ ਨਹੀਂ ਹੈ, ਇਹਦੇ ਨਾਲ ਬੰਦੇ ਹੀ 5 ਹੈ। ਫਿਰ ਕਿੱਦਾਂ ਚਲਾਊਗੀ BJP?
ਬੀਜੇਪੀ ਇਹਨਾਂ ਦੇ ਬੰਦੇ ਤੋੜ ਸਕਦੀ ਹੈ ਜਿਹੜੇ ਕਿ ਲਗਭਗ ਤੈਅ ਹੈ, ਹੋ ਸਕਦਾ ਕੁਛ ਵੀ। ਕਦੋਂ ਤੱਕ ਭਵਿੱਖਬਾਣੀ ਕਰਦੇ ਹੋ? ਇਹ ਤਾਂ ਬੀਜੇਪੀ ਦੇ ਸੋਚ 'ਤੇ ਡਿਪੈਂਡ ਕਰਦਾ ਉਹਨਾਂ ਨੇ ਕਦੋਂ ਕਰਨਾ ਹੈ, ਇੱਧਰੋਂ ਕੋਈ ਕਮੀ ਨਹੀਂ ਹੈ। ਚੰਨੀ ਸਾਹਿਬ, ਇੱਕ ਆਖਰੀ ਸਵਾਲ, ਇੱਕ ਲਾਈਟ ਕੁਐਸਚਨ, ਤੁਸੀਂ ਐਜ਼ ਅ ਪੋਲੀਟੀਸ਼ੀਅਨ ਸਪੀਚਿਸ ਵੀ ਦਿੰਦੇ ਹੈਗੇ ਹੋ, ਲੋਕਾਂ ਨਾਲ ਵੀ ਮਿਲਦੇ ਹੋ, ਪਰ ਤੁਸੀਂ ਵਿੱਚ ਵਿੱਚ ਭੰਗੜੇ ਵੀ ਪਾਉਂਦੇ ਹੋ, ਤੁਸੀਂ ਤੁਹਾਨੂੰ ਦੀਵਾਰਾਂ ਟੱਪਦੇ ਵੀ ਦੇਖਿਆ ਗਿਆ, ਤਾਂ ਉਹ ਸਭ ਤੁਹਾਡੇ ਵਿੱਚ ਕੀ ਇੱਕ ਸਡਨਲੀ ਤੁਹਾਡਾ ਮਨ ਹੁੰਦਾ ਕਿ ਮੈਂ ਕੁਛ ਡਿਫਰੈਂਟ ਕਰਾਂ? ਨਹੀਂ ਨਹੀਂ, ਡਿਫਰੈਂਟ ਕਰਨ ਦੀ ਲੋੜ ਨਹੀਂ। ਜੇ ਤੁਸੀਂ ਯੂਨੀਵਰਸਿਟੀ 'ਚ ਗਏ ਹੋਏ ਹੋ, ਭੰਗੜਾ ਪੈ ਰਿਹਾ ਸਟੇਜ 'ਤੇ, ਮੁੰਡੇ ਤੁਹਾਨੂੰ ਨਾਲ ਲਿਜਾ ਕੇ ਲੈ ਜਾਂਦੇ ਹੋ, ਤਾਂ ਅਸੀਂ ਵੀ ਕਦੇ ਸਟੇਜ 'ਤੇ ਭੰਗੜਾ ਪਾਉਂਦੇ ਰਹੇ ਯੂਨੀਵਰਸਿਟੀ ਦੀ, ਅਤੇ ਕਾਲਜਾਂ ਦੇ ਵਿੱਚ ਭੰਗੜਾ ਪਾਉਂਦੇ ਰਹੇ। ਮੈਂ ਕਾਲਜ ਦੀ ਟੀਮ ਦਾ ਮੈਂਬਰ ਵੀ ਸੀ, ਮੈਂ ਸਕੂਲ ਦੀ ਟੀਮ ਦਾ ਮੈਂਬਰ ਵੀ ਸੀ, ਤਾਂ ਉਹ ਫਿਰ ਉੱਥੇ ਕੋਈ ਨੱਚਣਾ ਮਾੜੀ ਗੱਲ ਥੋੜ੍ਹਾ, ਭੰਗੜਾ ਪਾਉਣਾ ਔਰ ਪਾਉਣਾ ਵੀ ਚਾਹੀਦਾ, ਕਿਉਂਕਿ ਨੱਚਣ ਖੇਡਣ ਮਨ ਕਾ ਚਾਓ ਹੈ, ਤਾਂ ਤੁਸੀਂ ਖੇਲੋ ਵੀ। ਮੈਂ ਤੁਹਾਡੀ ਸਿਕਿਉਰਿਟੀ ਨੂੰ ਬਹੁਤ ਹੱਥਾਂ ਪੈਰਾਂ ਦੀ ਪਈ ਸੀ ਜਦੋਂ ਤੁਸੀਂ? ਨਹੀਂ, ਇੱਦਾਂ ਹੈ ਕਿ ਬਾਹਰ ਇੰਨਾ ਜ਼ਿਆਦਾ ਹਜੂਮ ਰਸ਼ ਸੀ, ਜੇ ਮੈਂ ਸਿੱਧਾ ਬਾਹਰ ਜਾਂਦਾ ਤਾਂ ਉਹਨਾਂ ਨੇ ਮੈਨੂੰ ਇਸ ਤਰੀਕੇ ਨਾਲ ਘੇਰ ਲੈਣਾ ਸੀ, ਜ਼ਿਆਦਾ ਲੋਕਾਂ ਨੂੰ ਨਾ ਦਿਖਣਾ ਸੀ ਨਾ ਮਿਲਣਾ ਸੀ। ਮੇਰੇ ਯਾਦ ਆ ਗਿਆ, ਜਦੋਂ ਮੈਂ MC ਬਣਿਆ ਸੀ ਤਾਂ ਮੈਂ ਗੇਟ 'ਤੇ ਖੜ ਕੇ, ਗੇਟ ਦੇ ਥੰਬਲੇ 'ਤੇ ਖੜ ਕੇ ਉਹ ਸਪੀਚ ਕੀਤੀ ਸੀ ਕਿ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਉੱਚਾ ਖੜ ਕੇ ਪਹਿਲਾਂ ਮੈਂ ਉੱਥੇ ਗੇਟ ਦਾ ਥੰਬਲਾ ਦੇਖਿਆ, ਉੱਥੇ ਚੜ੍ਹਿਆ ਨਹੀਂ ਸੀ ਜਾ ਸਕਦਾ ਕਿਉਂਕਿ ਉੱਥੇ ਬੜਾ ਔਖਾ ਸੀ। ਫਿਰ ਮੈਂ ਪਿੱਛੋਂ ਚੜ੍ਹ ਕੇ ਕੋਠੇ 'ਤੇ ਚੜ੍ਹ ਕੇ ਗੱਲ ਕਰ ਲਈ। ਇਹ ਮੈਂ ਤਾਂ ਜਦੋਂ ਮੈਂ ਬਚਪਨ 'ਚ ਸੀਗਾ ਜਾਂ ਉਸ ਤੋਂ ਬਾਅਦ, ਉਹ 14 ਫੁੱਟ ਦੀ ਸੜਕ ਕੰਧ 'ਤੇ ਚੜ੍ਹ ਜਾਂਦਾ ਸੀ, ਇਹ ਤਾਂ ਸ਼ਾਇਦ 10-11 ਫੁੱਟ ਹੀ ਸੀ। ਹਾਂ, ਤੁਸੀਂ ਕੋਠੇ 'ਤੇ ਚੜ੍ਹੇ ਸੀਗੇ ਉਦੋਂ ਲੈਣ ਤੋਂ ਬਾਅਦ? ਸਾਨੂੰ ਤੁਹਾਡੇ ਪੁਰਾਣੇ ਦਿਨ ਯਾਦ ਆ ਗਏ ਸੀ, ਫੋਟੋ ਦੇਖਦੇ ਸਾਰੇ। ਚਲੋ, ਮਿਹਰਬਾਨੀ ਤੁਹਾਡੀ। ਚੰਨੀ ਸਾਹਿਬ, ਤੁਹਾਡਾ ਸਾਡੇ ਡਿਕੋਡ ਪੰਜਾਬ ਪ੍ਰੋਗਰਾਮ 'ਚ ਆਉਣ ਲਈ ਬਹੁਤ ਬਹੁਤ ਥੈਂਕਸ। ਥੈਂਕ ਯੂ, ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ। ਤੁਹਾਡੇ ਵਿਊਅਰਸ ਦਾ ਵੀ ਮੈਂ ਬੜਾ ਧੰਨਵਾਦ ਕਰਦਾ। ਅਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਜਿਹੜਾ ਤੁਹਾਡਾ ਇਹ ਇੰਗਲਿਸ਼ ਟ੍ਰਿਬਿਊਨ ਹੈ, ਇਹ ਮੈਂ ਅੱਜ ਤੋਂ ਨਹੀਂ, ਬਚਪਨ ਤੋਂ ਪੜ੍ਹਦਾ ਆ ਰਿਹਾ। ਮੇਰੇ ਪਿਤਾ ਜੀ ਨੇ ਸਾਨੂੰ ਇਹ ਬਚਪਨ 'ਚ ਲਵਾ ਕੇ ਦਿੱਤਾ ਸੀ, ਇਸ ਕਰਕੇ ਕਿ ਮੈਂ ਇੰਗਲਿਸ਼ ਟ੍ਰਿਬਿਊਨ ਲਵਾਉਣਾ, ਇਹਦੇ ਨਾਲ ਤੁਹਾਡੀ ਜਿਹੜੀ ਇੰਗਲਿਸ਼ ਹੈ ਉਹ ਇੰਪਰੂਵ ਹੋਏਗੀ। ਸੋ ਇਹ ਮੇਰੇ ਫਾਦਰ ਦੀ ਸੋਚ ਸੀਗੀ, ਉਹਨਾਂ ਦੀ ਪੜ੍ਹਾਈ ਵਿੱਚ ਸੋਚ ਸੀਗੀ, ਉਹਨਾਂ ਨੇ ਸਾਨੂੰ ਪੜ੍ਹਾਇਆ। ਅਤੇ ਮੈਂ ਅੱਜ ਦੇ ਸਟੂਡੈਂਟਸ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਇੰਗਲਿਸ਼ ਅਖਬਾਰ ਪੜ੍ਹਿਆ ਕਰੋ, ਪੰਜਾਬੀ ਵੀ ਪੜ੍ਹੋ, ਲੇਕਿਨ ਇੰਗਲਿਸ਼ ਅਖਬਾਰ ਇਸ ਕਰਕੇ ਪੜ੍ਹਨਾ ਪੰਜਾਬੀ ਵਾਲੇ ਆਪਾਂ ਨੇ, ਤਾਂ ਕਿ ਸਾਨੂੰ ਇੰਗਲਿਸ਼ ਦੀ ਵੀ ਜਾਣਕਾਰੀ ਹੋਵੇ ਅਤੇ ਅੱਛੀਆਂ ਖਬਰਾਂ ਅਤੇ ਵਧੀਆ ਖਬਰਾਂ ਵੀ ਦਿੰਦਾ ਇੰਗਲਿਸ਼ ਟ੍ਰਿਬਿਊਨ, ਤਾਂ ਮੈਨੂੰ ਪਸੰਦ ਹੈ, ਮੇਰਾ ਇਹ ਫੇਵਰੇਟ ਅਖਬਾਰ ਹੈ।